ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਹਲੂਵਾਲੀਆ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਤੁਹਾਡੀ ਖਿਦਮਤ ਦੇ ਵਿੱਚ ਅਸੀਂ ਲੈ ਕੇ ਹਾਜ਼ਰ ਹਾਂ ਜੀ ਅੱਜ ਦਾ ਮੁੱਦਾ। ਔਰ ਇਸ ਮੰਚ ਦੇ ਉੱਤੇ ਅਸੀਂ ਰੋਜ਼ਾਨਾ ਉਹਨਾਂ ਭਖਦੇ ਮਸਲਿਆਂ ਦੀ ਗੱਲ ਕਰਦੇ ਹਾਂ ਔਰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ ਉਹ ਇਸ਼ੂਜ਼ ਜਿਨ੍ਹਾਂ ਦੇ ਉੱਤੇ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ, ਆਪਣੇ ਜਿਹੜੇ ਤਰਕ ਹਨ, ਪ੍ਰਤੀਕਰਮ ਹਨ, ਉਹ ਰੋਜ਼ਾਨਾ ਤੁਸੀਂ ਕਾਲ ਕਰਕੇ ਸਾਨੂੰ ਦਿੰਦੇ ਹੋ। ਅਤੇ ਹਾਲ ਫਿਲਹਾਲ ਦੇ ਵਿੱਚ ਖਬਰਾਂ, ਲੋਕ ਸਭਾ ਚੋਣਾਂ ਤੋਂ ਬਾਅਦ ਬਹੁਤ ਸਾਰੀਆਂ ਸਾਨੂੰ ਸੁਣਨ ਨੂੰ ਮਿਲੀਆਂ, ਜਿਸ ਵਿੱਚ ਕਈ ਅਜਿਹੀਆਂ ਖਬਰਾਂ ਸੀਗੀਆਂ ਜੋ ਲੋਕ ਸਭਾ ਚੋਣਾਂ ਦੇ ਦੌਰਾਨ ਦਬ ਕੇ ਰਹਿ ਗਈਆਂ, ਲੇਕਿਨ ਇਸ ਮੰਚ ਨੂੰ ਇਸ ਕਰਕੇ ਹੀ ਸਜਾਇਆ ਗਿਆ ਤਾਂ ਕਿ ਉਹ ਖਬਰਾਂ ਉਜਾਗਰ ਹੋਣ, ਸਾਹਮਣੇ ਆਉਣ, ਤਾਂ ਉਹਨਾਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਅਤੇ ਅੱਜ ਅਸੀਂ ਤੁਹਾਡਾ ਸਵਾਗਤ ਵੀ ਕਰਦੇ ਹਾਂ ਕਿ ਤੁਸੀਂ ਸਾਡਾ ਸਾਥ ਵੀ ਦਿੰਦੇ ਹੋ, ਅਤੇ ਤੁਹਾਨੂੰ ਉਸ ਖਬਰ ਦੇ ਵੱਲ ਵੀ ਅਸੀਂ ਜ਼ਰੂਰ ਮੋੜਨਾ ਚਾਹੁੰਦੇ ਹਾਂ ਜੋ ਕਿ ਸਾਨੂੰ ਸੋਚਣ ਦੇ ਵਿੱਚ ਮਜਬੂਰ ਕਰਦੀ ਹੈ ਕਿ ਆਖਿਰਕਾਰ ਅਸੀਂ ਕਰ ਕੀ ਰਹੇ ਹਾਂ। ਇਹ ਗੱਲ ਮੈਂ ਜ਼ਰੂਰ ਕਹਾਂਗਾ ਕਿ ਗੁਰੂ ਘਰ ਦੀ ਮਰਿਆਦਾ, ਗੁਰੂ ਘਰ ਦੇ ਨਾਲ ਜੁੜਨਾ ਔਰ ਗੁਰੂ ਘਰ ਨਿਰਮਾਣ ਕਰਨਾ, ਇਹ ਆਪਣੀ ਅਸੀਂ ਜ਼ਿੰਮੇਵਾਰੀ ਤਾਂ ਬਣਾ ਲਈ ਹੈ, ਲੇਕਿਨ ਜ਼ਿਕਰਯੋਗ ਹੈ ਕਿ ਅਸੀਂ ਉਹਨੂੰ ਨਿਭਾਉਂਦੇ ਕਿਵੇਂ ਹਾਂ। ਇੱਕ ਖਬਰ ਦਿੱਲੀ ਤੋਂ ਸਾਹਮਣੇ ਆਈ ਹੈ ਜਿਹਨੇ ਸਾਨੂੰ ਸੋਚਣ ਦੇ ਵਿੱਚ ਮਜਬੂਰ ਕਰ ਦਿੱਤਾ ਹੈ ਕਿ ਆਖਿਰਕਾਰ ਗੁਰੂ ਦੀ ਗੋਲਕ ਦੇ ਨਾਲ ਹੋ ਕੀ ਰਿਹਾ। ਔਰ ਗੁਰੂ ਦੀ ਗੋਲਕ ਦੇ ਨਾਲ ਦੁਰਵਰਤੋਂ ਕੌਣ ਕਰ ਰਿਹਾ। ਜਿਸ ਕਰਕੇ ਸੰਗਤ ਗੁਰੂ ਘਰ ਦੇ ਵਿੱਚ ਆਉਂਦੀ ਹੈ, ਆਪਣੀ ਸ਼ਰਧਾ ਭੇਟ ਕਰਦੀ ਹੈ, ਆਪਣੀ ਆਸਥਾ ਦਿਖਾਉਂਦੀ ਹੈ, ਕਿ ਸਾਡੇ ਗੁਰੂ ਘਰ ਦੇ ਪੈਰੋਕਾਰ ਉਸ ਆਸਥਾ ਨੂੰ ਸਮਝਦੇ ਹਨ, ਕਿ ਉਹ ਵਚਨਬੰਧ ਹਨ ਕਿ ਜੋ ਸੰਗਤ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਸਾਹਿਬ ਦੇ ਸਾਹਮਣੇ ਨਤਮਸਤਕ ਹੁੰਦੀ ਹੈ, ਅਰਦਾਸ ਕਰਦੀ ਹੈ ਕਿ ਹੇ ਸੱਚੇ ਪਾਤਸ਼ਾਹ, ਸਰਬੱਤ ਦਾ ਭਲਾ ਕਰਨਾ, ਹਰ ਕਿਸੇ ਨੂੰ ਖੁਸ਼ ਰੱਖਣਾ ਔਰ ਸਾਡੇ ਪਰਿਵਾਰ ਨੂੰ ਵੀ ਖੁਸ਼ ਰੱਖਣਾ। ਲੇਕਿਨ ਜਦ ਉਹ ਸੰਗਤ ਗੁਰੂ ਘਰ ਦੇ ਵਿੱਚ ਲੜਾਈਆਂ, ਡਾਂਗ ਸੋਟੇ ਵੱਜਦੇ ਹੋਏ ਵੇਖਦੀ ਹੈ ਤਾਂ ਫਿਰ ਉਹ ਕੀ ਅਰਦਾਸ ਕਰਦੀ ਹੈ। ਇਹ ਅੱਜ ਸਾਡੀ ਕੌਮ ਦੀ ਤਰਾਜ਼ਦੀ ਹੈ ਕਿ ਅਸੀਂ ਇੱਕ ਪਾਸੇ ਆਪਣੀ ਆਈਡੈਂਟੀਟੀ ਨੂੰ ਦਰਸਾਉਣ ਦੇ ਲਈ, ਆਪਣੀ ਰਿਕੋਗਨੀਸ਼ਨ ਨੂੰ ਦੱਸਣ ਦੇ ਲਈ ਵੱਖ ਵੱਖ ਪ੍ਰੋਗਰਾਮ ਤਾਂ ਕਰਵਾਉਂਦੇ ਹਾਂ, ਪਰੇਡਾਂ ਵੀ ਕਰਵਾਉਂਦੇ ਹਾਂ। ਮੈਂ ਅੱਜ ਜੇਕਰ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਗੱਲ ਕਰ ਲਵਾਂ ਤਾਂ ਅੱਜ ਕਿੰਨੇ ਸਾਰੇ ਗੁਰਦੁਆਰੇ ਨਿਰਮਾਣ ਹੁੰਦੇ ਜਾ ਰਹੇ ਹਨ ਵੱਖ ਵੱਖ ਟਾਊਨਾਂ ਦੇ ਵਿੱਚ, ਵੱਖ ਵੱਖ ਸਟੇਟਾਂ ਦੇ ਵਿੱਚ। ਲੇਕਿਨ ਕੀ ਅਸੀਂ ਇਕੱਠੇ ਹਾਂ? ਚਲੋ, ਮੈਂ ਇਸ ਗੱਲ ਨੂੰ ਮੰਨਦਾ ਕਿ ਹਰ ਕਿਸੇ ਦਾ ਆਪਣਾ ਵਿਚਾਰ ਹੋ ਸਕਦਾ, ਕਿਸੇ ਦੀ ਆਪਣੀ ਆਈਡੀਓਲੋਜੀ ਹੋ ਸਕਦੀ ਹੈ, ਕਿਸੇ ਦੀ ਆਪਣੀ ਵਿਚਾਰਧਾਰਾ ਹੋ ਸਕਦੀ ਹੈ, ਕਿ ਉਹ ਵਿਚਾਰਧਾਰਾ ਟੇਬਲ ਦੇ ਉੱਤੇ ਬਹਿ ਕੇ ਸੁਲਝਾਈ ਨਹੀਂ ਜਾ ਸਕਦੀ, ਮਤ ਨਹੀਂ ਮਿਲਦੀ ਕਿਸੇ ਦੀ, ਕਦੀ ਕਦਾਰ ਵੱਖ ਵੱਖ ਚੱਲਦੀ ਹੈ, ਇਸ ਗੱਲ ਨੂੰ ਅਸੀਂ ਜ਼ਰੂਰ ਕਹਿੰਦੇ ਹਾਂ। ਲੇਕਿਨ ਜਿਹੜੀ ਖਬਰ ਹੁਣ ਹਾਲ ਫਿਲਹਾਲ ਦੇ ਵਿੱਚ ਦਿੱਲੀ ਤੋਂ ਸਾਹਮਣੇ ਆਈ ਹੈ, ਉਹਨੇ ਇੱਕ ਸਵਾਲ ਜਿਹੜਾ ਜ਼ਰੂਰ ਖੜ੍ਹਾ ਕਰ ਦਿੱਤਾ
ਕਿ ਗੁਰੂ ਦੀ ਗੋਲਕ ਦੇ ਨਾਲ ਇਹ ਕਿਉਂ ਖੇਲ ਰਹੇ ਹਨ। ਖਬਰਾਂ ਉਜਾਗਰ ਹੋਈਆਂ ਸੀਗੀਆਂ ਕਿ ਜਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਪਹੁੰਚੇ ਸੀਗੇ ਅਤੇ ਉਹਨਾਂ ਦਾ ਸਵਾਗਤ ਤੁਸੀਂ ਵੇਖਿਆ ਸੀਗਾ ਕਿ ਕਿਸ ਤਰੀਕੇ ਨਾਲ ਕੀਤਾ ਗਿਆ ਸੀਗਾ। ਉੱਥੇ ਵੀ ਸਵਾਲ ਇਹੀ ਖੜ੍ਹਾ ਹੋਇਆ ਕਿ ਕੀ ਕੌਮੀ ਮਸਲੇ ਬੈਠ ਕੇ ਸੁਲਝਾਏ ਨਹੀਂ ਜਾ ਸਕਦੇ ਸੀਗੇ, ਲੇਕਿਨ ਵੱਖ ਵੱਖ ਪਾਰਟੀਆਂ ਸਾਹਮਣੇ ਆਈਆਂ, ਵੱਖ ਵੱਖ ਦਾਇਰੇ ਸਾਹਮਣੇ ਆਏ ਕਿ ਸਾਡੀ ਜਿਹੜੀ ਸਾਡਾ ਜਿਹੜਾ ਮਤਭੇਦ ਹੈ ਉਹ ਮਨਜੀਤ ਸਿੰਘ ਜੀ ਕੇ ਦੇ ਨਾਲ ਨਹੀਂ ਹੈ, ਉਹ ਸਾਡਾ ਮਤਭੇਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਹੈ। ਇਹ ਉਹੀ ਮਨਜੀਤ ਸਿੰਘ ਜੀ ਕੇ ਹਨ ਜਿਨ੍ਹਾਂ ਨੇ ਦਿੱਲੀ ਦੇ ਵਿੱਚ 2016 ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਲੜੀਆਂ ਸਨ, ਜਿੱਥੇ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਬਾਦਲ ਦੀ ਫੋਟੋ ਲਗਾਈ ਗਈ ਅਤੇ ਨਾ ਹੀ ਸੁਖਬੀਰ ਬਾਦਲ ਹੋਰਾਂ ਦੀ ਫੋਟੋ ਲਗਾਈ ਗਈ। ਇਹ ਕਹਿੰਦੇ ਹੋਏ ਨਜ਼ਰ ਆਏ ਖੁਦ ਆਪ ਮਨਜੀਤ ਸਿੰਘ ਜੀ ਕੇ ਕਿ ਜੇਕਰ ਦਿੱਲੀ ਦੀ ਸੰਗਤ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੇ ਬਲਬੂਤੇ 'ਤੇ ਕੀਤਾ, ਅਸੀਂ ਇੱਕ ਵੀ ਫੋਟੋ ਨਹੀਂ ਲਗਾਈ, ਕਿਉਂਕਿ ਜਦ ਬੈਕਫੁੱਟ 'ਤੇ ਜਾ ਚੁੱਕੀ ਸੀਗੀ ਸ਼੍ਰੋਮਣੀ ਅਕਾਲੀ ਦਲ ਚੋਣਾਂ ਦੇ ਸਮੇਂ ਵੀ, ਜਦ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ 2017 ਦੇ ਵਿੱਚ ਬਕਾਇਦਾ ਤੌਰ ਦੇ ਉੱਤੇ, ਅਤੇ ਉਹਦਾ ਰਿਜ਼ਲਟ ਪੰਜਾਬ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਸੀਗਾ ਠੀਕ 2 ਮਹੀਨੇ ਬਾਅਦ ਹੀ। ਮੈਂ ਇਸ ਗੱਲ ਨੂੰ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ 2 ਮਹੀਨਿਆਂ ਬਾਅਦ ਹੀ ਚੋਣਾਂ ਹੋਈਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਔਰ ਜਿੱਥੇ ਮਨਜੀਤ ਸਿੰਘ ਜੀ ਕੇ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਡੇ ਮਾਰਜਨ ਦੇ ਨਾਲ ਦਿੱਲੀ ਦੇ ਵਿੱਚ ਜਿੱਤ ਕੇ ਆਈ ਔਰ ਦਿੱਲੀ ਦੇ ਲੋਕਾਂ ਨੇ ਸਵਾਗਤ ਕੀਤਾ। ਲੇਕਿਨ ਉਸ ਤੋਂ ਬਾਅਦ ਕੀ ਕੁਝ ਹੋਇਆ ਅੱਜ ਮੈਂ ਤੁਹਾਨੂੰ ਜ਼ਰੂਰ ਅਪਡੇਟ ਕਰਨਾ ਚਾਹੁੰਦਾ। ਦੋ ਹਜ਼ਾਰ 2017 ਤੋਂ ਬਾਅਦ ਕਈ ਸਾਰੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਮਨਜੀਤ ਸਿੰਘ ਜੀ ਕੇ ਦੇ ਉੱਤੇ ਲੱਗੇ, ਸਬਜ਼ੀ ਘੁਟਾਲੇ ਸਾਹਮਣੇ ਆਏ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਾਬਕਾ ਅਹੁਦੇਦਾਰ ਸੀਗੇ ਉਹਨਾਂ ਨੇ ਮਨਜੀਤ ਸਿੰਘ ਜੀ ਕੇ ਦੇ ਉੱਤੇ ਕਈ ਸਾਰੇ ਕਰਪਸ਼ਨ ਚਾਰਜਿਸ ਲਾਏ, ਉਹ ਮਾਮਲਾ ਕੋਰਟ ਦੇ ਅਧੀਨ ਵੀ ਹੈ, ਕੋਰਟ ਨੇ ਪਰਚਾ ਕਰਾਉਣ ਦਾ ਫੈਸਲਾ ਵੀ ਦਿੱਤਾ, ਇਹ ਵੀ ਖਬਰ ਸਾਹਮਣੇ ਆਈ। ਖਬਰ ਇਹ ਵੀ ਸਾਹਮਣੇ ਆਈ ਕਿ ਮਨਜਿੰਦਰ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਜੀ ਕੇ ਦੇ ਵਿੱਚ ਮਤਭੇਦ ਹਨ। ਖਬਰ ਇਹ ਵੀ ਸਾਹਮਣੇ ਆਈ ਕਿ ਮਨਜੀਤ ਸਿੰਘ ਜੀ ਕੇ ਨੇ ਪਾਰਟੀ ਦੇ ਖਿਲਾਫ ਕਈ ਸਾਰੇ ਬਿਆਨ ਦਿੱਤੇ ਮੀਡੀਆ ਨੂੰ, ਜਿਸ ਕਰਕੇ ਸੁਖਬੀਰ ਬਾਦਲ ਉਹਨਾਂ ਤੋਂ ਕਈ ਵਾਰ ਨਾਰਾਜ਼ ਵੀ ਹੋਏ। ਖਬਰ ਇਹ ਵੀ ਸਾਹਮਣੇ ਆਈ ਕਿ ਜਦ ਮਨਜੀਤ ਸਿੰਘ ਜੀ ਕੇ ਅਮਰੀਕਾ ਦੇ ਦੌਰੇ ਤੋਂ ਵਾਪਸ ਗਏ, ਜਿਸ ਤਰੀਕੇ ਦਾ ਸਵਾਗਤ ਉਹਨਾਂ ਦਾ ਇੱਥੇ ਕੀਤਾ ਗਿਆ ਸੀਗਾ, ਉਹ ਉਸ ਤੋਂ ਵੀ ਨਾਰਾਜ਼ ਹੋਏ ਅਤੇ ਜਾ ਕੇ ਉਹਨਾਂ ਨੇ ਹਰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ, ਪਾਰਟੀ ਦੇ ਹਰ ਉਸ ਵੱਡੀ ਡੈਜ਼ਿਗਨੇਸ਼ਨ ਤੋਂ ਵੀ ਉਹਨਾਂ ਨੇ ਅਸਤੀਫਾ ਦਿੱਤਾ, ਨਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਵੀ ਉਹਨਾਂ ਨੇ ਅਸਤੀਫਾ ਦਿੱਤਾ। ਖਬਰ ਇਹ ਵੀ ਸਾਹਮਣੇ ਆਈ ਕਿ ਮਨਜਿੰਦਰ ਸਿੰਘ ਸਿਰਸਾ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਇੱਕ ਪਲੇਟਫਾਰਮ ਦੇ ਉੱਤੇ ਨਹੀਂ ਹਨ, ਦੋ ਧੜੇ ਬਣ ਚੁੱਕੇ ਹਨ, ਜਿਸ ਕਰਕੇ ਖਾਮਿਆਜ਼ਾ ਜਿਹੜਾ ਉਹ ਦਿੱਲੀ ਦੀ ਸੰਗਤ ਨੂੰ ਭੁਗਤਣਾ ਪੈ ਰਿਹਾ। ਹਾਲਾਤ ਇਹ ਬਣੇ, ਖਬਰਾਂ ਇਹ ਵੀ ਸਾਹਮਣੇ ਆਈਆਂ ਕਿ ਗੁਰੂ ਹਰਕਿਸ਼ਨ ਪਬਲਿਕ ਸਕੂਲ ਜੋ ਕਿ ਦਿੱਲੀ ਦੇ ਵਿੱਚ ਸਿੱਖਿਆ ਨੂੰ ਲੈ ਕੇ, ਸਕੂਲਾਂ ਨੂੰ ਲੈ ਕੇ ਸਭ ਤੋਂ ਵੱਡੀ ਐਜੂਕੇਸ਼ਨ ਇੰਸਟੀਟਿਊਸ਼ਨ ਹੈ, ਜਿੱਥੇ ਲੋਕ ਔਰ ਦਿੱਲੀ ਦੀ ਸੰਗਤ ਐਡਮਿਸ਼ਨ ਲੈਣ ਨੂੰ ਕਤਰਾਉਂਦੀ ਸੀਗੀ, ਉੱਥੇ ਐਡਮਿਸ਼ਨ ਨਹੀਂ ਮਿਲਦੇ ਸੀਗੇ, ਅੱਜ ਉਹੀ ਬੱਚੇ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਵਿੱਚ ਪੜ੍ਹਨਾ ਨਹੀਂ ਚਾਹੁੰਦੇ। ਔਰ ਇਹ ਵੀ ਖਬਰ ਸਾਹਮਣੇ ਆਈ ਕਿ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੀ ਟੀਚਰਾਂ ਨੂੰ ਪਿਛਲੇ 3-4 ਮਹੀਨੇ ਤੋਂ ਤਨਖਾਹ ਵੀ ਨਹੀਂ ਮਿਲੀ। ਮਾੜੇ ਹਾਲਾਤ ਇਸ ਟਾਈਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਏ ਹਨ ਔਰ ਉਹਨਾਂ ਦੀ ਐਜੂਕੇਸ਼ਨਲ ਬਾਡੀਜ਼ ਦੇ ਹੋਏ ਹਨ ਔਰ ਰਿਲੀਜੀਅਸ ਬਾਡੀਜ਼ ਦੇ ਵੀ ਹੋਏ ਹਨ। 5 ਕਰੋੜ ਦਾ ਇਲਜ਼ਾਮ ਸਬਜ਼ੀ ਦੇ ਉੱਤੇ ਲਾਇਆ ਗਿਆ ਕਿ ਸਬਜ਼ੀ ਦੇ ਵਿੱਚ ਖਰੀਦ ਫਰੋਖਤ ਹੋਈ ਹੈ, ਔਰ 5 ਕਰੋੜ ਦਾ ਇਲਜ਼ਾਮ ਮਨਜੀਤ ਸਿੰਘ ਜੀ ਕੇ ਨੇ ਲਾਇਆ ਹਾਲ ਫਿਲਹਾਲ ਦੇ ਵਿੱਚ, ਜਿਹੜੇ ਕਿ ਹੁਣ ਹਾਲ ਫਿਲਹਾਲ ਦੇ ਪ੍ਰਧਾਨ ਹਨ ਮਨਜਿੰਦਰ ਸਿੰਘ ਸਿਰਸਾ। ਮਨਜੀਤ ਸਿੰਘ ਜੀ ਕੇ ਨੇ ਇਹ ਵੀ ਇਲਜ਼ਾਮ ਲਗਾਏ ਹਨ ਕਿ
ਲੋਕ ਸਭਾ ਚੋਣਾਂ ਦੇ ਦੌਰਾਨ ਜੋ ਪੈਸਾ ਖਰਚ ਹੋਇਆ ਉਹ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਤੋਂ ਗਿਆ। ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਜੋ ਲੜੀਆਂ ਹਨ ਉਹ ਸਾਰੀ ਗੁਰੂ ਦੀ ਗੋਲਕ ਤੋਂ ਪੈਸਾ ਕੱਢਿਆ ਗਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਂਕ ਅਕਾਊਂਟਾਂ ਤੋਂ ਕੱਢ ਕੇ ਲੋਕ ਸਭਾ ਚੋਣਾਂ ਲੜੀਆਂ ਗਈਆਂ ਹਨ। ਲੇਕਿਨ ਸਵਾਲ ਇੱਥੇ ਵੱਡਾ ਇਹ ਖੜਾ ਹੁੰਦਾ ਕਿ ਮਨਜੀਤ ਸਿੰਘ ਜੀ ਕੇ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀਗਾ। ਜੇਕਰ ਉਹਨਾਂ ਦੀ ਅੱਖਾਂ ਦੇ ਸਾਹਮਣੇ ਇਹ ਸਭ ਕੁਝ ਹੋ ਰਿਹਾ ਸੀਗਾ ਤਾਂ ਫਿਰ ਉਹ ਬਿਆਨ ਉਸ ਟਾਈਮ ਕਿਉਂ ਨਹੀਂ ਸਾਹਮਣੇ ਆਏ? ਇਹ ਬਿਆਨ ਹੁਣ ਪਾਰਟੀ ਤੋਂ ਜਦ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਤਾਂ ਹੁਣ ਇਹ ਵੱਡੇ ਬਿਆਨ ਸਾਹਮਣੇ ਕਿਉਂ ਆ ਰਹੇ ਹਨ? ਸਵਾਲ ਇੱਥੇ ਇਹ ਬਣਦਾ ਕਿ ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੁਰਸੀ ਨੂੰ ਅਪਣਾਉਣ ਦੇ ਲਈ ਮਨਜੀਤ ਸਿੰਘ ਜੀਕੇ ਦੇ ਉੱਤੇ ਇਲਜ਼ਾਮ ਲਾਏ ਹਨ, ਜਾਂ ਫਿਰ ਸਵਾਲ ਇੱਥੇ ਵੱਡਾ ਇਹ ਬਣਦਾ ਕਿ ਸੁਖਬੀਰ ਬਾਦਲ ਨੇ ਡਿਫੇਮ ਔਰ ਮਨਜੀਤ ਸਿੰਘ ਜੀਕੇ ਦੀ ਸਿਆਸਤ ਨੂੰ ਖਤਮ ਕਰਨਾ ਸੀਗਾ ਇਸ ਕਰਕੇ ਇਲਜ਼ਾਮ ਲਗਾਏ? ਲੇਕਿਨ ਤਰਾਜ਼ਦੀ ਹੈ ਭਾਰਤ ਦੇ ਵਿੱਚ ਵਸਦੇ ਉਹਨਾਂ ਸਿਆਸਤਦਾਨਾਂ ਦੀ, ਜਦ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਜਾਂਦਾ ਜਾਂ ਫਿਰ ਪਾਰਟੀ ਉਹਨਾਂ ਨੂੰ ਜਦ ਅੱਖ ਦਿਖਾਉਂਦੀ ਹੈ ਤਾਂ ਫਿਰ ਅਹੁਦੇਦਾਰ ਜਾਂ ਫਿਰ ਕੋਈ ਵੀ ਸਿਆਸਤਦਾਨ ਹੋਏ ਉਹ ਕਹਿੰਦਾ ਕਿ ਹੁਣ ਮੈਂ ਚਪੇੜ ਮਾਰਾਂਗਾ, ਹੁਣ ਮੈਂ ਨਹੀਂ ਰੁਕਦਾ, ਹੁਣ ਮੈਂ ਇਹਨਾਂ ਦੇ ਇੱਕ ਇੱਕ ਕਰਕੇ ਹਰ ਉਸ ਬਿਆਨ ਨੂੰ ਸਾਹਮਣੇ ਲੈ ਕੇ ਆਊਂਗਾ ਜੋ ਕਿ ਪਾਰਟੀ ਨੇ ਕੀਤਾ। ਕਹਿਣ ਦਾ ਭਾਵ ਹੋਇਆ ਕੀ? ਗੁਰੂ ਦੀ ਗੋਲਕ ਖਾਲੀ ਹੋਈ, ਸੰਗਤ ਜਿਨ੍ਹਾਂ ਨੇ ਆਸਥਾ ਵਿਖਾਈ, ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ 9 ਵੱਡੇ ਇਤਿਹਾਸਿਕ ਗੁਰਦੁਆਰੇ ਦਿੱਲੀ ਦੇ ਵਿੱਚ ਦਰਜ ਹਨ, ਜਿਨ੍ਹਾਂ ਵਿੱਚੋਂ ਬੰਗਲਾ ਸਾਹਿਬ, ਰਕਾਬਗੰਜ ਸਾਹਿਬ, ਸੀਸਗੰਜ ਸਾਹਿਬ, ਮੋਤੀਬਾਗ ਸਾਹਿਬ, ਨਾਨਕ ਪਿਆਊ, ਅਜਿਹੇ ਵੱਡੇ ਸੀਸਗੰਜ ਸਾਹਿਬ, ਅਜਿਹੇ ਵੱਡੇ ਗੁਰਦੁਆਰੇ ਸਾਹਿਬ ਹਨ ਜਿਨ੍ਹਾਂ ਦੇ ਵਿੱਚ ਸਿੱਖ ਕੌਮ ਦਾ ਇਤਿਹਾਸ ਜੁੜਿਆ ਹੋਇਆ। ਅੱਜ ਜਦ ਦਿੱਲੀ ਦੀ ਸੰਗਤ ਜਾ ਕੇ ਨਤਮਸਤਕ ਹੁੰਦੀ ਹੈ ਤਾਂ ਉਹ ਅੱਜ ਕੀ ਵੇਖਦੀ ਹੋਏਗੀ ਕਿ ਕੀ ਹਾਲ ਬਣਿਆ ਹੋਇਆ? ਕਹਿਣ ਦਾ ਭਾਵ ਹੈ ਕਿ ਜਦ ਸਾਡੀ ਰਿਲੀਜੀਅਸ ਬੋਡੀਜ਼ ਇੰਡੀਆ ਦੇ ਵਿੱਚ ਹੀ ਸੇਫ ਨਹੀਂ ਹਨ, ਅਹੁਦੇਦਾਰੀ ਦੀ ਭੁੱਖ, ਪ੍ਰਧਾਨਗੀ ਦੀ ਭੁੱਖ ਜੇਕਰ ਸਾਨੂੰ ਉੱਥੇ ਹੀ ਨਹੀਂ ਵੇਖਣ ਨੂੰ ਮਿਲ ਸਕਦੀ, ਉੱਥੇ ਹੀ ਸਾਡੀ ਹਿਫਾਜ਼ਤ ਨਹੀਂ ਹੋ ਸਕਦੀ, ਤਾਂ ਅਸੀਂ ਇੱਥੇ ਕਿਸ ਦੇ ਉੱਤੇ ਵਿਸ਼ਵਾਸ ਕਰ ਸਕਦੇ ਹਾਂ? ਇਹ ਸਿਰਫ ਦਿੱਲੀ ਦੀ ਤਰਾਜ਼ਦੀ ਨਹੀਂ, ਇਹ ਵਰਲਡ ਵਾਈਡ ਸਾਡੀ ਕੌਮ ਦੀ ਤਰਾਜ਼ਦੀ ਬਣੀ ਹੋਈ ਹੈ। ਇਹ ਇੱਕ ਕੋਈ ਮਸਲਾ ਨਹੀਂ ਹੈਗਾ, ਇਹ ਵਾਕਿਆ ਹੀ ਇੱਕ ਅਹਿਮ ਮੁੱਦਾ ਹੈ। ਇਸੇ ਦੇ ਉੱਤੇ ਕਰਾਂਗੇ ਅੱਜ ਵਿਚਾਰ ਵਟਾਂਦਰਾ। ਇਹੀ ਹੈ ਅੱਜ ਦਾ ਮੁੱਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਅਤੇ ਜੀ, ਅੱਜ ਮੁੱਦੇ ਦੇ ਵਿੱਚ ਅਸੀਂ ਜਿਹੜਾ ਮੁੱਦਾ ਰੱਖਿਆ ਹੋਇਆ, ਜਿਹੜਾ ਮਸਲਾ ਰੱਖਿਆ ਹੋਇਆ, ਔਰ ਇੱਕ ਅਹਿਮ ਮਸਲਾ ਜੋ ਕਿ ਦਿੱਲੀ ਦੇ ਗਲਿਆਰਿਆਂ ਤੋਂ ਅਮਰੀਕਾ ਦੀ ਧਰਤੀ ਦੇ ਉੱਤੇ ਪਹੁੰਚਿਆ ਕਿ ਬਹੁਤ ਬੁਰਾ ਹਾਲ ਇਸ ਟਾਈਮ ਹੋਇਆ ਪਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਅਹੁਦੇਦਾਰ ਹਨ ਉਹਨਾਂ ਦੇ ਵਿੱਚ। ਲੇਕਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ? ਹਾਲ ਫਿਲਹਾਲ ਦੇ ਵਿੱਚ ਜਿਹੜੇ ਉੱਥੇ ਦੇ ਪ੍ਰਧਾਨ ਹਨ ਮਨਜਿੰਦਰ ਸਿੰਘ ਸਿਰਸਾ, ਉਹ ਕਿੱਥੇ ਸਟੈਂਡ ਕਰਦੇ ਹਨ ਕਿ ਜਦ ਅਹੁਦੇਦਾਰੀ ਛੱਡੀ ਮਨਜੀਤ ਸਿੰਘ ਜੀਕੇ ਹੋਰਾਂ ਨੇ, ਉਸ ਤੋਂ ਬਾਅਦ ਉਹਨਾਂ ਨੇ ਕਿਹੜੇ ਕਿਹੜੇ ਕੰਮ ਕੀਤੇ? ਔਰ ਸਭ ਤੋਂ ਵੱਡੀ ਗੱਲ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਆਉਂਦੀ ਹੈ ਕਿ ਜਦ ਪਾਰਟੀ ਦੇ ਵਿੱਚ ਮਤਭੇਦ ਹੁੰਦਾ ਤਾਂ ਅਸੀਂ ਹਾਲ ਫਿਲਹਾਲ ਦੇ ਵਿੱਚ ਪੰਜਾਬ ਦੇ ਵਿੱਚ ਵੀ ਦੇਖਿਆ ਕਿ ਟਕਸਾਲੀ ਆਗੂਆਂ ਨੇ ਪਾਰਟੀ ਨੂੰ ਛੱਡਿਆ ਔਰ ਆਪਣੀ ਨਵੀਂ ਪਾਰਟੀ ਬਣਾਈ, ਜਿਹਨੂੰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਆਗੂਆਂ ਹੋਰਾਂ ਨੇ ਆਪਣੇ ਬੈਨਰ ਦੇ ਹੇਠ ਉਹਨੂੰ ਪ੍ਰਮੋਟ ਕਰਨ ਦੀ ਲੋਕ ਸਭਾ ਚੋਣਾਂ ਦੇ ਵਿੱਚ ਵੀ ਕੋਸ਼ਿਸ਼ ਕੀਤੀ। ਅਤੇ ਨਾਲੇ ਹੁਣ ਇਹ ਵੀ ਗੱਲ ਵੇਖਣੀ ਹੋਏਗੀ ਕਿ ਇਹ ਪਹਿਲੀ ਵਾਰ ਨਹੀਂ ਹੈਗਾ ਕਿ ਪਾਰਟੀ ਦੇ ਵਿੱਚ ਜਿਹੜੇ ਵੱਡੇ ਅਹੁਦੇਦਾਰ ਹਨ ਉਹ ਪਾਰਟੀ ਨੂੰ ਛੱਡਦੇ ਹਨ ਜਾਂ ਫਿਰ ਪਾਰਟੀ ਤੋਂ ਉਹਨਾਂ ਨੂੰ ਕੱਢਿਆ ਜਾਂਦਾ। ਇਸ ਤੋਂ ਪਹਿਲਾਂ ਵੀ ਟੌੜਾ ਹੋਰੀ ਉਹਨਾਂ ਨੂੰ ਵੀ ਕੱਢਿਆ ਗਿਆ, ਬ੍ਰਹਮਪੁਰਾ ਹੋਰੀ ਜਿਹੜੇ ਕਿ ਉਹਨਾਂ ਨੇ ਹਾਲ ਫਿਲਹਾਲ ਦੇ ਵਿੱਚ ਬਣਾਇਆ। ਤਾਂ ਇਹ ਜਿਹੜੇ ਆਗੂ ਹਨ ਜਦ ਇਹ ਪਾਰਟੀ ਦੇ ਵਿੱਚ ਰਹਿੰਦੇ ਹਨ ਤਾਂ ਪੂਰੀ ਮਲਾਈ ਖਾਂਦੇ ਹਨ ਔਰ ਮਲਾਈ ਇਹਨਾਂ ਨੂੰ ਸਵਾਦ ਵੀ ਲੱਗਦੀ ਹੈ, ਲੇਕਿਨ ਜਦ ਪਾਰਟੀ ਇਹਨਾਂ ਦੇ ਉੱਤੇ ਨਜ਼ਰ ਬਣਾਉਂਦੀ ਹੈ ਜਾਂ ਫਿਰ ਇਹ ਕੋਈ ਆਪਣਾ ਸਟੈਂਡ ਲੈਣਾ ਚਾਹੁੰਦੇ ਹਨ
ਹੁਣ ਮਨਜੀਤ ਸਿੰਘ ਜੀ ਕੇ ਹੋਰਾਂ ਦੇ ਕੇਸ ਦੇ ਉੱਤੇ ਅਸੀਂ ਜਦ ਨਜ਼ਰ ਪਾਵਾਂਗੇ ਤਾਂ ਉਹ ਵੀ ਸਾਡੇ ਨਾਲ ਜੁੜਨਗੇ ਫੋਨ ਦੇ ਉੱਤੇ। ਉਹ ਆਪਣੇ ਬਿਆਨ ਜ਼ਰੂਰ ਦੇਣਗੇ ਕਿ ਉਹਨਾਂ ਨੇ ਮਲਾਈ ਖਾਧੀ ਜਾਂ ਫਿਰ ਨਹੀਂ ਖਾਧੀ, ਲੇਕਿਨ ਦਿੱਲੀ ਦੀ ਇਸ ਟਾਈਮ ਸਿਚੁਏਸ਼ਨ ਕੀ ਹੈਗੀ ਆ ਉਹਦੇ ਉੱਤੇ ਨਜ਼ਰ ਪਾਉਣਾ ਸਾਡਾ ਫਰਜ਼ ਬਣ ਜਾਂਦੀ ਹੈ ਔਰ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਮੇਰੇ ਨਾਲ ਇਸ ਟਾਈਮ ਫੋਨ ਲਾਈਨ ਦੇ ਉੱਤੇ ਮੌਜੂਦ ਹਨ ਹਰਮਿੰਦਰ ਸਿੰਘ ਆਹਲੂਵਾਲੀਆ ਜੋ ਕਿ ਸੋਸ਼ਲ ਐਕਟਿਵਿਸਟ ਹਨ ਦਿੱਲੀ ਦੇ ਵਿੱਚ ਔਰ ਅਤੇ ਨਾਲੇ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੇ ਖਿਲਾਫ 2017 ਦੇ ਵਿੱਚ ਚੋਣ ਵੀ ਲੜ ਚੁੱਕੇ ਹਨ। ਔਰ ਜਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਆਉਂਦੀ ਹੈ ਅਤੇ ਉਸ ਦਰਦ ਨੂੰ ਇਹ ਸਮਝਦੇ ਵੀ ਹਨ ਅਤੇ ਨਾਲ ਜਗਤਾਰ ਸਿੰਘ ਹਵਾਰਾ ਜਥੇਦਾਰ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਮੀਡੀਆ ਐਕਸਪਰਟ ਵੀ ਹਨ ਅਤੇ ਨਾਲੇ ਜਿਹੜੇ ਉਹਨਾਂ ਦੇ ਵੱਖ ਵੱਖ ਬਿਆਨ ਅਸੀਂ ਵੇਖਦੇ ਹਾਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਅਤੇ ਉਹ ਪੈਗਾਮ ਸਾਡੇ ਕੋਲ ਇਹਨਾਂ ਦੇ ਹੀ ਥਰੂ ਪਹੁੰਚਦੇ ਹਨ। ਅਤੇ ਹਾਲ ਫਿਲਹਾਲ ਦੇ ਵਿੱਚ ਦਿੱਲੀ ਦੀ ਕੀ ਸਿਚੁਏਸ਼ਨ ਬਣੀ ਹੋਈ ਹੈ ਉਹਦੇ ਉੱਤੇ ਨਜ਼ਰ ਪਾ ਲੈਂਦੇ ਹਾਂ। ਹਰਮਿੰਦਰ ਜੀ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਮਿੰਦਰ ਸਿੰਘ ਜੀ, ਕੀ ਹਾਲਾਤ ਬਣੇ ਹੋਏ ਹਨ, ਕਿੱਥੇ ਸਟੈਂਡ ਕਰਦੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਨੇਜਮੈਂਟ? ਹਾਲਾਤ ਤਾਂ ਜੀ ਬਹੁਤ ਮਤਲਬ ਇਸ ਟਾਈਮ ਪਾਣੀ ਜਿਹੜਾ ਸਿਰ ਤੋਂ ਨਿਕਲ ਚੁੱਕਿਆ ਹੈਗਾ ਔਰ ਹਾਲਾਤ ਬੜੇ ਚਿੰਤਾਜਨਕ ਹੈਗੇ ਆ। ਗੁਰੂ ਘਰ ਦੀ ਜਿਹੜੀ ਮਾਇਆ ਸੀਗੀ, ਗੁਰੂ ਘਰ ਦੀ ਜਿਹੜੀ ਗੁਲਕ ਸੀਗੀ, ਉਹ ਮਲਾਈ ਸਮਝ ਕੇ ਜਿਹੜੇ ਆ ਸਾਡੇ ਆਗੂ ਉਹਨੂੰ ਖਾ ਰਹੇ ਹੈਗੇ ਆ ਔਰ ਬੜੇ ਲੰਬੇ ਸਮੇਂ ਤੋਂ ਉਹਨੂੰ ਖਾਂਦੇ ਆ ਰਹੇ ਹੈਗੇ ਔਰ ਇਹ ਗੱਲ ਬੜੀ ਕਾਮਨ ਹੋ ਗਈ ਸੀਗੀ ਔਰ ਜਿਹੜੀ ਸੰਗਤ ਹੈਗੀ ਹੈ ਜਿਹੜੀ ਚੁਣ ਕੇ ਭੇਜਦੀ ਹੈਗੀ ਹੈ ਉਹਨਾਂ ਨੂੰ ਵੀ ਇਸ ਗੱਲ ਦਾ ਪੂਰਾ ਨੌਲੇਜ ਸੀਗਾ, ਲੇਕਿਨ ਕਦੇ ਵੀ ਸਬੂਤ ਸਬੂਤਾਂ ਦੇ ਨਾਲ ਕਦੇ ਵੀ ਚੀਜ਼ਾਂ ਇੰਨੀਆਂ ਖੁੱਲ ਕੇ ਨਹੀਂ ਆਈਆਂ ਜਿੰਨੀਆਂ ਕਿ ਇਸ ਵਾਰ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਔਰ ਹਾਲਾਤ ਬਹੁਤ ਮਾੜੇ ਹੈਗੇ ਆ ਕਿਉਂਕਿ ਉਸ ਗੁਲਕ ਦੇ ਵਿੱਚ ਇੱਕ ਰਿਕਸ਼ਾ ਖਿੱਚਣ ਵਾਲਾ ਔਰ ਇੱਕ ਗਰੀਬ ਤੋਂ ਗਰੀਬ ਬੰਦਾ ਆਪਣੀ ਸਮਰੱਥਾ ਅਨੁਸਾਰ ਦੇ ਵਿੱਚ ਆਪਣੀ ਦਸਵੰਧ ਪਾਉਂਦਾ ਹੈਗਾ ਔਰ ਉਹ ਬੜੇ ਆਸਾਂ ਉਮੀਦਾਂ ਦੇ ਨਾਲ ਉਹ ਚੜਾਵਾ ਚੜਦਾ ਹੈਗਾ ਜਿਸ ਨੂੰ ਸਾਡੇ ਆਗੂ ਆਪਣੇ ਨਿੱਜੀ ਸਵਾਰਥਾਂ ਵਾਸਤੇ ਉਹਦੇ ਵਿੱਚ ਗੁਲਕ ਚੋਂ ਕੱਢ ਕੇ ਲੈ ਗਏ ਹੈਗੇ ਔਰ ਜਿਹਦੇ ਖੁਲਾਸੇ ਹੋ ਰਹੇ ਹੈਗੇ ਆ ਔਰ ਹੁਣ ਲੈਵਲ ਇਹ ਆ ਗਿਆ ਹੈਗਾ ਕਿ ਦਿੱਲੀ ਕਮੇਟੀ ਡੀ ਐਸ ਡੀ ਐਮ ਸੀ ਤੇ ਪਲੱਸ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਜਿਹੜਾ ਹੈਗਾ ਬਾਦਲ ਦਲ ਦਿੱਲੀ ਯੂਨਿਟ ਉਹਨਾਂ ਨੇ ਇਸ ਗੱਲ ਨੂੰ ਐਕਸੈਪਟ ਵੀ ਕਰ ਲਿਆ ਹੈਗਾ ਕਿ ਬੜੀ ਵੱਡੀ ਲੈਵਲ ਤੇ ਕਰਪਸ਼ਨ ਹੋਈ ਹੈਗੀ ਹੈ ਔਰ ਪੂਰੇ ਸੋਸ਼ਲ ਮੀਡੀਆ ਤੇ ਵੀ ਮਿਨਟਸ ਆਫ ਮੀਟਿੰਗ ਵਾਇਰਲ ਹੋਏ ਆ ਤੁਸੀਂ ਦੇਖੇ ਹੋਣਗੇ ਤੇ ਇਸ ਟਾਈਮ ਹਾਲਾਤ ਲੋਕਾਂ ਦਾ ਵਿਸ਼ਵਾਸ ਜਿਹੜਾ ਹੈਗਾ ਉਹ ਬੜਾ ਇਸ ਟਾਈਮ ਡਾਵਾਡੋਲ ਹੋ ਗਿਆ ਹੈਗਾ ਕਿ ਜਦ ਗੁਰੂ ਘਰ ਜਾਂਦੇ ਆ ਤੇ ਅਸੀਂ ਆਪਣੀ ਜੋ ਪੈਸਾ ਚੜਾਉਂਦੇ ਸੀ ਤਾਂ ਬਹੁਤ ਲੋਕ ਜਿਹੜੇ ਹੈਗੇ ਹੁਣ ਉਹਨਾਂ ਪੈਸਾ ਚੜਾਉਣਾ ਵੀ ਘੱਟ ਕਰ ਦਿੱਤਾ ਹੈ ਕਿਉਂਕਿ ਉਹ ਪੈਸਾ ਜਿਹੜਾ ਹੈਗਾ ਸਹੀ ਜਗ੍ਹਾ ਤੇ ਨਹੀਂ ਲੱਗੇਗਾ ਇਸ ਗੱਲ ਦਾ ਲੋਕਾਂ ਨੂੰ ਪਤਾ ਚੱਲਦਾ ਜਾ ਰਿਹਾ ਹੈ ਜਿਹਦੇ ਨਾਲ ਗੁਰੂ ਘਰ ਨੂੰ ਵੀ ਬੜਾ ਨੁਕਸਾਨ ਹੋ ਰਿਹਾ ਤੇ ਜਿਹੜੇ ਗੁਰੂ ਘਰ ਦੀ ਛਵੀ ਹੈਗੀ ਉਹਨੂੰ ਵੀ ਬਹੁਤ ਨੁਕਸਾਨ ਹੋ ਰਿਹਾ ਹੈਗਾ। ਐਜੂਕੇਸ਼ਨ ਬਾਡੀਜ਼ ਹਨ, ਰਿਲੀਜੀਅਸ ਬਾਡੀਜ਼ ਔਰ ਐਜੂਕੇਸ਼ਨ ਬਾਡੀਜ਼, ਇਹ ਵੀ ਸੁਣਨ ਨੂੰ ਸਾਨੂੰ ਮਿਲਿਆ ਸੀਗਾ ਕਿ ਤਨਖਾਹ ਨਹੀਂ ਮਿਲ ਰਹੀਆਂ ਇੰਪਲੋਈਜ਼ ਨੂੰ, ਜਿਹੜੀ ਟੀਚਰਾਂ ਹਨ ਸਕੂਲ ਦੀਆਂ ਉਹਨਾਂ ਨੂੰ ਵੀ ਤਨਖਾਹ ਨਹੀਂ ਮਿਲ ਰਹੀਆਂ ਹਨ ਔਰ ਬਾਲਾ ਸਾਹਿਬ ਹੋਸਪਿਟਲ ਇੱਕ ਵੱਡਾ ਮਸਲਾ ਸੀਗਾ। ਅਤੇ ਮੈਨੂੰ ਪਹਿਲਾਂ ਇਹ ਦੱਸੋ ਕਿ ਮਨਜੀਤ ਸਿੰਘ ਜੀ ਕੇ ਜਦ ਪ੍ਰਧਾਨ ਸੀਗੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਅਤੇ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਕੀ ਕੁਝ ਕੰਮ ਹੋਏ ਔਰ ਹੁਣ ਕੀ ਹਾਲਾਤ ਬਣੇ ਹੋਏ ਹਨ? ਦੇਖੋ ਜੋ ਸਬੂਤ ਸਾਡੇ ਸਾਹਮਣੇ ਆਏ ਹੈਗੇ ਆ ਉਸਦੇ ਵਿੱਚ ਜਿਹੜੀਆਂ ਟੀਚਰਾਂ ਦੀਆਂ ਤਨਖਾਹਾਂ 6-6 ਮਹੀਨੇ ਤੋਂ ਟੀਚਰਾਂ ਦੀ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਜਦੋਂ ਮਨਜੀਤ ਸਿੰਘ ਜੀਕੇ ਨੇ ਇਲੈਕਸ਼ਨ ਦੀ ਕੈਂਪੇਨ ਕੀਤੀ ਸੀ 2014 ਦੇ ਵਿੱਚ ਤਾਂ ਉਹਨਾਂ ਨੇ ਦਿੱਲੀ ਦੀ ਸੰਗਤ ਨਾਲ ਵਾਅਦਾ ਕੀਤਾ ਸੀਗਾ ਕਿ ਅਸੀਂ ਸਕੂਲਾਂ ਦਾ ਜਿਹੜਾ ਸਟੈਂਡਰਡ ਹੈਗਾ ਜੋ ਅਸਲੀ ਗੁਰੂ ਹਰਕ੍ਰਿਸ਼ਨ ਕਾਲਜ ਸਕੂਲਾਂ ਦਾ ਪਹਿਲੇ ਸਟੈਂਡਰਡ ਹੁੰਦਾ ਸੀ 70s ਦੇ ਵਿੱਚ ਜਦੋਂ ਬਣੇ ਸੀਗੇ, ਅਸੀਂ ਉਸ ਤੋਂ ਵੀ ਅੱਗੇ ਲੈ ਕੇ ਜਾਵਾਂਗੇ ਔਰ ਅਸੀਂ ਇਹਨੂੰ ਇੱਕ ਅੱਛਾ ਲੈਵਲ ਦੇ ਉੱਤੇ ਐਜੂਕੇਸ਼ਨ ਦੇ ਸਟੈਂਡਰਡ ਨੂੰ ਲੈ ਕੇ ਜਾਵਾਂਗੇ। ਲੋਕਾਂ ਨੇ ਉਹਨਾਂ ਦੀ ਗੱਲ ਤੇ ਉੱਤੇ ਭਰੋਸਾ ਕੀਤਾ ਔਰ ਉਹਨਾਂ ਨੂੰ ਜਿਹੜੀ ਸੇਵਾ ਦਿੱਤੀ ਗੁਰੂ ਘਰ ਸੰਭਾਲਣ ਦੀ, ਲੇਕਿਨ ਉਹਨਾਂ ਨੇ ਉਹ ਸੇਵਾ ਨੂੰ ਗਲਤ ਤਰੀਕੇ ਨਾਲ ਉਹਦਾ ਇਸਤੇਮਾਲ ਕੀਤਾ ਤੇ ਗੁਰੂ ਘਰ ਦੀ ਜਿਹੜੀ ਮਾਇਆ ਹੈ ਜਿਹੜੀ ਗੁਰੂ ਸਕੂਲਾਂ ਦੀ ਉਹਦੇ ਵਾਸਤੇ ਲੱਗਣੀ ਚਾਹੀਦੀ ਸੀਗੀ ਉਹ ਮਾਇਆ ਜਿਹੜੀ ਹੈਗੀ ਹੈ ਉਹ ਹੁਣ ਉਹ ਖੁਦ ਬੋਲਦੇ ਪਏ ਹੈਗੇ ਕਿ ਇਲੈਕਸ਼ਨਾਂ ਦੇ ਵਿੱਚ ਗੁਰੂ ਘਰ ਦੀ ਗੁਲਕ ਦੀ ਵਰਤੋਂ ਇਲੈਕਸ਼ਨਾਂ ਦੇ ਵਿੱਚ ਹੋਈ ਹੈਗੀ ਆ। ਉਹ ਪੈਸਾ ਇਲੈਕਸ਼ਨ ਜੇ ਉਹੀ ਪੈਸਾ ਤੁਸੀਂ ਟੀਚਰਾਂ ਦੀ ਤਨਖਾਹਾਂ ਕਿੱਥੋਂ ਦਿੱਤੀਆਂ ਜਾਣੀਆਂ ਸੀਗੀਆਂ ਜਦ ਉਹ ਪੈਸਾ ਇਹ ਆਪਣੇ ਨਿੱਜੀ ਕੰਮਾਂ ਵਾਸਤੇ ਇਲੈਕਸ਼ਨਾਂ ਵਾਸਤੇ ਵਰਤ ਰਹੇ ਸੀਗੇ ਤੇ ਗੁਰੂ ਘਰ ਦਾ ਜਿਹੜਾ ਪੈਸਾ ਹੈਗਾ ਉਹ ਟੀਚਰਾਂ ਵਾਸਤੇ ਵੀ ਯੂਜ ਹੋ ਸਕਦਾ ਸੀ, ਉਹਨਾਂ ਤਨਖਾਹਾਂ ਵਾਸਤੇ, ਸਟਾਫ ਦੀਆਂ ਸੈਲਰੀਆਂ ਵਾਸਤੇ ਯੂਜ ਹੋ ਸਕਦਾ ਸੀਗਾ, ਲੇਕਿਨ ਉਹ ਪੈਸਾ ਇਹਨਾਂ ਨਿੱਜੀ ਸਵਾਰਥਾਂ ਵਾਸਤੇ ਯੂਜ ਕੀਤਾ। ਮਨਜੀਤ ਸਿੰਘ ਜੀ ਦੇ ਇਹ ਵੀ ਬਿਆਨ ਸਾਹਮਣੇ ਆਏ ਕਿ ਜਦ ਮੈਂ ਸੀਗਾ ਕਾਰਜਕਾਲ ਦੇ ਦੌਰਾਨ ਔਰ ਜਦ ਮੈਂ ਪ੍ਰਧਾਨ ਸੀਗਾ ਤੇ ਮੈਂ ਵੱਡੇ ਵੱਡੇ ਸਮਾਗਮ ਦਿੱਲੀ ਦੇ ਵਿੱਚ ਕਰਾਏ ਔਰ ਸਿੱਖੀ ਨੂੰ ਜਿੰਦਾ ਰੱਖਣ ਦੇ ਲਈ ਮੈਂ ਦਿੱਲੀ ਦੇ ਵਿੱਚ ਅਹਿਮ ਯੋਗਦਾਨ ਵੀ ਪਾਇਆ, ਤੇ ਉਹਦੇ ਉੱਤੇ ਤੁਹਾਡਾ ਕੀ ਕਹਿਣਾ?
ਉਹ ਬਿਲਕੁਲ ਅਸੀਂ ਇਸ ਗੱਲ ਨੂੰ ਮੰਨਦੇ ਹੈਗੇ ਹਾਂ। ਇਸ ਗੱਲ ਦੇ ਵਾਸਤੇ ਅਸੀਂ ਤਾਰੀਫ਼ ਵੀ ਮਨਜੀਤ ਸਿੰਘ ਜੀ ਦੀ ਜ਼ਰੂਰ ਕਰਾਂਗੇ। ਜਿਹੜੀ ਗੱਲ ਠੀਕ ਹੈਗੀ ਹੈ ਕਿ ਜਿਹੜਾ ਲਾਲ ਕਿਲੇ ਦੇ ਉੱਤੇ ਜਿਹੜਾ ਫਤਿਹਗੜ੍ਹ ਦਿਵਸ ਫਤਿਹ ਦਿਵਸ ਜਿਹੜਾ ਮਨਾਇਆ ਜਾਂਦਾ ਸੀਗਾ, ਉਹ ਫਤਿਹ ਦਿਵਸ ਕਰਕੇ ਦਿੱਲੀ ਦੇ ਜਿਹੜੇ ਨੌਜਵਾਨ ਹੈਗੇ ਆ, ਈਵਨ ਮੈਂ ਕਹਾਂਗਾ ਇਕੱਲੇ ਨੌਜਵਾਨ ਨਹੀਂ, ਬਜ਼ੁਰਗ ਵੀ ਕਈ ਅਜਿਹੇ ਸੀਗੇ ਜਿਹਨਾਂ ਨੂੰ ਸਿੱਖ ਇਤਿਹਾਸ ਬਾਰੇ ਨਹੀਂ ਪਤਾ ਸੀਗਾ, ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਚੱਲਿਆ ਕਿ ਸਿੰਘਾਂ ਨੇ ਕਿਸ ਤਰੀਕੇ ਦੇ ਨਾਲ ਲਾਲ ਕਿਲੇ ਦੇ ਨਿਸ਼ਾਨ ਸਾਹਿਬ ਕਈ ਵਾਰੀ ਲਹਿਰਾਇਆ, ਉਹ ਦਿੱਲੀ ਫਤਿਹ ਕੀਤੀ। ਅੱਜ ਤੱਕ ਹਿੰਦੁਸਤਾਨ ਦਾ ਕੋਈ ਬਾਦਸ਼ਾਹ ਨੀ ਹੋਇਆ, ਕੋਈ ਜਰਨੈਲ ਨੀ ਹੋਇਆ ਜਿਹਨੇ ਕਿ ਦਿੱਲੀ ਦਾ ਲਾਲ ਕਿਲਾ ਫਤਿਹ ਕੀਤਾ ਹੋਇਆ। ਸਿਰਫ ਇਹ ਮਾਣ ਸਿੱਖਾਂ ਦੇ ਕੋਲ ਹੈਗਾ, ਠੀਕ ਹੈ, ਗੱਲਾਂ ਕਿਸੇ ਨੂੰ ਨੀ ਪਤਾ ਸੀਗੀਆਂ। ਇਹ ਵੀ ਮਨਜੀਤ ਸਿੰਘ ਜੀ ਦਾ ਸਾਹਮਣੇ ਆਇਆ ਕਿ ਮੈਨੂੰ ਡਿਫੇਮ ਕੀਤਾ ਗਿਆ, ਮੈਨੂੰ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੇਖੋ ਇਹ ਤਾਂ ਹੁਣ ਕਿਉਂਕਿ ਉਹ ਪੂਰੀ ਤਰ੍ਹਾਂ ਫਸ ਚੁੱਕੇ ਹੈਗੇ, ਉਹਨਾਂ ਦਾ ਕਹਿਣਾ ਬਟ ਨੈਚੁਰਲ ਹੈਗਾ, ਲੇਕਿਨ ਜਿਹੜੇ ਸਬੂਤ ਸਾਹਮਣੇ ਆਏ ਦਾਸ ਨੇ ਜਦੋਂ ਪਹਿਲੀ ਪ੍ਰੈਸ ਕਾਨਫਰੰਸ ਹੋਈ ਸੀਗੀ ਗੁਰਮੀਤ ਸਿੰਘ ਸ਼ੰਟੀ ਦੀ, ਤੇ ਗੁਰਮੀਤ ਸਿੰਘ ਸ਼ੰਟੀ ਨੇ ਸਾਨੂੰ ਖੁਦ ਬੁਲਾ ਕੇ ਕਿਹਾ ਸੀਗਾ ਕਿ ਤੁਸੀਂ ਸਾਡੇ ਨਾਲ ਪ੍ਰੈਸ ਕਾਨਫਰੰਸ ਬੈਠੋ, ਤੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਅਸੀਂ ਬੈਠਣ ਤੋਂ ਪਹਿਲੇ ਤੁਹਾਡੇ ਸਬੂਤ ਦੇਖਾਂਗੇ। ਸ਼ੰਟੀ ਹਨ ਜਿਨ੍ਹਾਂ ਨੇ ਮਨਜੀਤ ਸਿੰਘ ਜੀ ਕਾ ਦੇ ਉੱਤੇ ਇਲਜ਼ਾਮ ਲਗਾਏ ਕਿ ਇਹਨਾਂ ਨੇ ਕਰਪਸ਼ਨ ਕੀਤੀ ਹੈ। ਹਾਂਜੀ ਬਿਲਕੁਲ, ਉਹਨਾਂ ਨੇ ਇਹ ਸਾਰੇ ਜਿਹੜੇ ਡਾਕੂਮੈਂਟ ਹੈਗੇ ਆ ਸੰਗਤ ਦੇ ਸਾਹਮਣੇ ਰੱਖੇ ਹੈਗੇ ਆ, ਔਰ ਉਹਨਾਂ ਵਾਸਤੇ ਮੈਂ ਉਹਨਾਂ ਨੂੰ ਐਪਰੀਸ਼ੀਏਟ ਵੀ ਕਰਾਂਗਾ ਇੱਕ ਲੈਵਲ ਦੇ ਉੱਤੇ ਕਿ ਉਹਨਾਂ ਨੇ ਜਿਹੜੇ ਸਬੂਤ ਜਿਹੜੇ ਹੈਗੇ ਜਿਹੜੇ ਲਿਆ ਕੇ ਰੱਖੇ ਆ, ਜੇ ਉਹ ਕੱਚੇ ਪਿੱਲੇ ਸਬੂਤ ਹੁੰਦੇ ਤਾਂ ਹਾਲੇ ਤੱਕ ਕੁਛ ਨੀ ਹੋਣਾ ਸੀਗਾ, ਲੇਕਿਨ ਕਿਉਂਕਿ ਉਹ ਸਬੂਤ ਸਿੱਧਾ ਸਿੱਧਾ ਗਵਾਹੀ ਭਰਦੇ ਹੈਗੇ ਆ ਕਿ ਮਨਜੀਤ ਸਿੰਘ ਜੀਕੇ ਨੇ ਕਰਪਸ਼ਨ ਕੀਤੀ ਹੈਗੀ ਆ, ਔਰ ਉਹਦੇ ਵਿੱਚ ਉਹਨਾਂ ਨੇ ਆਪਣੇ ਧੀ ਤੇ ਜਵਾਈ ਦੇ ਨਾਂ ਤੇ ਜਿਹੜੀ ਰੈਂਪੀ ਕਲੋਥਿੰਗ ਨਾਂ ਦੀ ਕੰਪਨੀ ਖੋਲੀ ਹੈਗੀ ਆ, ਉਹਦੇ ਜਿਹੜੇ ਕਾਗਜ਼ ਹੈਗੇ ਆ ਉਸ ਨਾਂ ਦੇ ਉੱਤੇ ਸਕੂਲ ਦੀ ਵਰਦੀਆਂ ਦੇ ਜਿਹੜੇ ਕਾਗਜ਼ ਹੈਗੇ ਆ ਉਹ ਪੇਮੈਂਟਾਂ ਹੋਈਆਂ ਹੈਗੀਆਂ ਜਿਹੜੀ ਕੰਪਨੀ ਬੰਦ ਹੋ ਚੁੱਕੀ ਹੈਗੀ ਆ, ਤੇ ਇਹ ਬੜਾ 20,000 ਕਿਤਾਬਾਂ ਚ ਪਵਾਈਆਂ ਔਰ ਬਿੱਲ ਪਾਸ ਕੀਤਾ 80,000 ਕਿਤਾਬਾਂ ਦਾ, ਇਹ ਗੱਲ ਵੀ ਜਿਹੜਾ ਉਹ ਪ੍ਰਿੰਟਰ ਹੈਗਾ ਪ੍ਰਿੰਟਰ ਖੁਦ ਬੋਲ ਚੁੱਕਿਆ ਹੈਗਾ ਆਪਣਾ ਬਈ ਹਰਮਿੰਦਰ ਸਿੰਘ ਜੀ ਜਿਹੜੇ ਆ ਇਲਜ਼ਾਮ ਲੱਗ ਰਹੇ ਹਨ, ਕੀ ਇਹ ਕੋਰਟ ਵੀ ਇਸ ਇਲਜ਼ਾਮਾਂ ਨੂੰ ਮੰਨ ਚੁੱਕਿਆ? ਬਿਲਕੁਲ, ਕੋਰਟ ਨੇ ਬਹੁਤ ਸਾਰੇ ਜਿਹੜੇ ਡਾਕੂਮੈਂਟ ਸੀ ਕਰਪਸ਼ਨ ਦੇ ਉਹ ਪਾਏ ਗਏ ਸੀਗੇ, ਲੇਕਿਨ ਇੱਕ ਕਲੋਜ਼ਰ ਰਿਪੋਰਟ ਦਿੱਲੀ ਪੁਲਿਸ ਨੇ ਸਾਰੇ ਜਿਹੜੀ ਹੈਗੀ ਹੈ ਜੋ ਇਹਨਾਂ ਦੀ ਮਿਲੀ ਭੁਗਤ ਕਰਕੇ ਇੱਕ ਕਲੋਜ਼ਰ ਰਿਪੋਰਟ ਦਿੱਲੀ ਪੁਲਿਸ ਨੇ ਕੋਰਟ ਦੇ ਵਿੱਚ ਜਮ੍ਹਾਂ ਕਰਾਈ ਸੀ, ਜਿਹਦੇ ਵਿੱਚ ਉਹਨਾਂ ਨੇ ਕਲੀਨ ਚਿੱਟ ਦੇ ਦਿੱਤੀ ਸੀਗੀ ਮਨਜੀਤ ਸਿੰਘ ਜੀਕੇ ਨੂੰ, ਜਿਹਦੇ ਵਿੱਚ ਦਿੱਲੀ ਪੁਲਿਸ ਨੇ ਕਿਹਾ ਸੀਗਾ ਜੀ ਬਿਲਕੁਲ ਸਾਰਾ ਕੁਝ ਠੀਕ ਹੈਗਾ, ਕੋਈ ਕਰਪਸ਼ਨ ਨਹੀਂ ਹੋਈ। ਇਹ ਦਿੱਲੀ ਪੁਲਿਸ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਸਾਨੂੰ ਸਾਰਿਆਂ ਨੂੰ ਪਤਾ, ਲੇਕਿਨ ਉਹ ਜਿਹੜੀ ਕਲੋਜ਼ਰ ਰਿਪੋਰਟ ਜਮ੍ਹਾਂ ਕਰਾਈ ਦਿੱਲੀ ਪੁਲਿਸ ਨੇ ਤੇ ਉਸ ਦਿੱਲੀ ਪੁਲਿਸ ਦੇ IO ਨੂੰ ਬੜੀ ਫਟਕਾਰ ਪਈ ਕੋਰਟ ਦੇ ਅੰਦਰ, ਬਈ ਇੰਨੇ ਡਾਕੂਮੈਂਟ ਹੋਣ ਦੇ ਬਾਵਜੂਦ ਤੁਸੀਂ ਇਹ ਕਲੋਜ਼ਰ ਰਿਪੋਰਟ ਕਲੀਨ ਚਿੱਟ ਵਾਲੀ ਕਿੱਦਾਂ ਸਬਮਿਟ ਕਰਾਈ ਹੈ? ਔਰ ਸਿਰਫ ਫਟਕਾਰ ਹੀ ਨਹੀਂ ਬਈ, ਈਵਨ ਜੱਜ ਨੇ 409 ਦੀ ਧਾਰਾ ਵੀ ਉਹਦੇ ਵਿੱਚ ਐਡ ਕਰਾਈ ਜਿਹੜੀ ਬੜੀ ਸੰਗੀਨ ਹੁੰਦੀ ਹੈਗੀ, ਜਿਹੜੀ ਉਮਰ ਕੈਦ ਵੀ ਹੁੰਦੀ ਹੈਗੀ ਹੈ, ਤੇ ਜੱਜ ਨੇ ਉਹ ਕਲੋਜ਼ਰ ਰਿਪੋਰਟ ਰਿਜੈਕਟ ਕਰਤੀ। ਹੁਣ ਜੇ ਜੱਜ ਨੇ ਕਲੋਜ਼ਰ ਰਿਪੋਰਟ ਰਿਜੈਕਟ ਕੀਤੀ ਤਾਂ ਇਹਦਾ ਮਤਲਬ ਕਿ ਉਹ ਸਬੂਤਾਂ ਦੇ ਵਿੱਚ ਵਜਨ ਸੀਗਾ ਤਾਂ ਹੀ ਉਹਨਾਂ ਨੇ ਰਿਜੈਕਟ ਕੀਤੀ ਨਾ, ਤੇ ਮੁੜ ਤੋਂ ਇਹਦੀ ਜਾਂਚ ਕਰਾਉਣ ਦੇ ਆਦੇਸ਼ ਦਿੱਤੇ ਹਨ। ਹਾਂਜੀ, ਔਰ ਉੱਤੋਂ ਦੀ ਜਾਂਚ ਕਰਾਉਣ ਦੇ ਉਹ ਕਮਿਸ਼ਨਰ ਨੂੰ ਦਿੱਲੀ ਪੁਲਿਸ ਦੇ ਕਮਿਸ਼ਨਰ ਨੂੰ ਸਪੈਸ਼ਲ ਕਿਹਾ ਹੈਗਾ ਕਿ ਤੁਸੀਂ ਜਿਹੜਾ ਹੈਗਾ ਹਰ 15 ਦਿਨ ਬਾਅਦ ਸਟੇਟਸ ਰਿਪੋਰਟ ਤੁਸੀਂ ਦੇਣੀ ਹੈਗੀ, ਉਹਦੇ ਬੜਾ ਸੀਰੀਅਸਲੀ ਲਿਆ ਕੇ ਤੇ ਲਗਭਗ। ਹਰਮਿੰਦਰ ਸਿੰਘ ਜੀ, ਕਿੰਨੇ ਕੁ ਦਾ ਘਟਾਲਾ ਹੋਏਗਾ ਤੁਹਾਨੂੰ ਲੱਗਦਾ ਕਿ ਜਿਹੜੇ ਕਰਪਸ਼ਨ ਚਾਰਜਸ ਲਾਏ ਗਏ ਹਨ ਕਿੰਨੇ ਕੁ ਦੇ ਹੋਣਗੇ? ਇਹ ਜੋ ਜੀ ਸੁਣਨ ਚ ਆ ਰਿਹਾ ਹੈਗਾ ਇਹ ਕਰੀਬ 500 ਕਰੋੜ ਰੁਪਏ ਦਾ ਘਟਾਲਾ ਜਿਹੜਾ ਹੈਗਾ ਉਹ ਸੁਣਨ ਚ ਆ ਰਿਹਾ ਹੈਗਾ, ਕਿਉਂਕਿ ਹੱਲੇ ਹਾਂਜੀ ਤੁਸੀਂ ਕਿਉਂਕਿ ਇਹ ਹੱਲੇ ਚੀਜ਼ਾਂ ਜਿੰਨੀਆਂ ਸਾਹਮਣੇ ਆਈਆਂ ਉਹ ਆਈਆਂ, ਜਿਹੜੀਆਂ ਹੱਲੇ ਨਹੀਂ ਆਈਆਂ ਜਿੰਨਾ ਬਾਰੇ, ਕਿਉਂਕਿ ਇਹਦੇ ਵਿੱਚ ਇਕੱਲੇ ਮਨਜੀਤ ਸਿੰਘ ਜੀਕੇ ਨੇ ਨਹੀਂ ਕਰਪਸ਼ਨ ਕੀਤੀ, ਇਹ ਪੂਰਾ ਦਾ ਪੂਰਾ ਕਰਵਾ ਕਰਪਟ ਹੈਗਾ, ਔਰ ਜਿਹਨਾਂ ਨੂੰ ਮੌਕਾ ਨਹੀਂ ਮਿਲਿਆ ਉਹਨਾਂ ਨੇ ਰੌਲਾ ਪਾਤਾ, ਤੇ ਇਸ ਕਰਕੇ ਇਹ ਚੀਜ਼ਾਂ ਜਦੋਂ ਪ੍ਰੋਪਰ ਇਨਵੈਸਟੀਗੇਸ਼ਨ ਹੋਣਗੀਆਂ ਜੁਡੀਸ਼ੀਅਲ ਕਮਿਸ਼ਨ ਬੈਠੇਗਾ, ਮੈਂ ਪਾਰਟੀ ਤੋਂ ਅਸਤੀਫਾ ਦਿੱਤਾ, ਪਾਰਟੀ ਨੇ ਮੈਨੂੰ ਬਾਹਰ ਨਹੀਂ ਕੱਢਿਆ, ਮੈਂ ਦਸੰਬਰ ਦੇ ਵਿੱਚ ਅਸਤੀਫਾ ਦਿੱਤਾ ਸੀਗਾ, ਦਸੰਬਰ ਚ ਉਹਨਾਂ ਨੇ ਦੇਤਾ ਸੀਗਾ, ਇਹ ਉਹਨਾਂ ਦਾ ਆਪਣਾ ਇੰਟਰਨਲ ਮੈਟਰ ਹੈਗਾ ਪਾਰਟੀ ਦਾ ਕਿ ਪਾਰਟੀ ਨੇ ਉਹਨਾਂ ਨੂੰ ਕੱਢਿਆ ਜਾਂ ਉਹਨਾਂ ਨੇ ਪਾਰਟੀ ਛੱਡੀ। ਸਾਡੇ ਵਾਸਤੇ ਇੰਪੋਰਟੈਂਟ ਇਹ ਹੈਗਾ ਕਿ ਗੁਰੂ ਘਰ ਦੀ ਗੁੰਦਕ ਜਿਹੜੀ ਹੈਗੀ ਆ ਉਹਦੀ ਲੁੱਟ ਖਸੁੱਟ ਹੋਈ ਹੈਗੀ ਆ, ਔਰ ਉਹ ਪੈਸਾ ਰਿਕਵਰੀ ਕਿੱਦਾਂ ਕਰਨਾ ਹੈਗਾ ਇਸ ਬਾਰੇ ਸਾਨੂੰ ਸੋਚਣਾ ਪੈਣਾ ਹੈਗਾ। ਚਲੋ ਇਹ ਤੇ ਹੋ ਗਏ ਮਨਜੀਤ ਸਿੰਘ ਜੀਕੇ ਹੋਰਾਂ ਦੀ ਗੱਲ, ਹੁਣ ਮਨਜਿੰਦਰ ਸਿੰਘ ਸਿਰਸਾ ਬਾਰੇ ਵੀ ਅਸੀਂ ਜਾਣ ਲੈਂਦੇ ਹਾਂ, ਲੇਕਿਨ ਮੈਂ ਤੁਹਾਨੂੰ ਚਾਹੂੰਗਾ ਕਿ ਤੁਸੀਂ ਸਾਡੇ ਨਾਲ ਲਾਈਨ ਤੇ ਬਣੇ ਰਹੋ, ਤੁਹਾਨੂੰ ਆਪਾਂ ਲੈਂਦੇ ਹਾਂ ਔਰ ਲੈਂਦੇ ਹਾਂ ਇਸ ਸਵਾਲ ਦੇ ਉੱਤੇ ਜਵਾਬ ਇਸ ਬ੍ਰੇਕ ਤੋਂ ਬਾਅਦ।
हाल फिलहाल खबर दिल्ली तो सामने आई है जी। दिल्ली सिख गुरद्वारा प्रबंधक कमेटी दे सबका प्रधान मनजीत सिंह जीके जिन्होंने पार्टी तो एक्सपैल किया गया है और उन्हों का कहना है कि मैं पार्टी के सारे अहदों तो दिसंबर के यानी कि पिछले साल इस्तीफा दे दिता सी। तो हाल फिलहाल जिहड़े प्रधान हैं दिल्ली सिख गुरद्वारा प्रबंधक कमेटी के मनजिंदर सिंह सिरसा जद विच कमेटी भंग भी हुई तो मता पाया गया जिहड़ी कमेटी है कोर कमेटी ने एक चिट्ठी लिख के बकायदा तौर के उत्ते पार्टी के प्रधान श्रोमणी अकाली दल के सुखबीर बादल होरां नूं भेजी तो उत्थे यह फैसला लिया गया कि मनजीत सिंह जीके नूं पार्टी के बार का रास्ता विखाया जाए। लेकिन हुण सियासत की कहती है हुण हाल फिलहाल के जिहड़े प्रेजीडेंट हैं मुख सेवादार हैं दिल्ली प्रबंधक कमेटी के वो किस तरीके का काम कर रहे हैं। हरमिंदर सिंह जी मैं जरूर जानना चाहवांगा उन्हां बारे भी। देखो मनजिंदर सिंह सिरसा जिहड़े हैगे आ उह बीजेपी दे एमएलए भी हैगे आ रजौरी गार्डन जी ते इस गल दे उत्ते सारा सिख पंथ एक मत हैगा कि गुरु घर दा जिहड़ा सेवादार होए उह जां तां गुरु घर दा सिर्फ सेवादार होए होर उहदे कोल कोई भी डोमेन उहदे कोल नहीं होना चाहीदा। हरमिंदर सिंह जी वो कहते हैं कि सिखां नूं तां माण होना चाहिए कि दिल्ली दे विचों एक सिख फेस एमएलए हैगा। कमेटी दी जिहड़ी मैनेजमेंट और गुरु घर दे उत्ते भी हुण दखल अंदाजी करदी है और हावी हो रही है। देखो अज दी भी हो रही है शुरू तो हो रही है जी। भावें सरना प्रधान सीगा भावें जीके प्रधान सी भावें लेकिन उहदे विच थोड़ा जिहड़ा सीगा एक झाका सीगा एक विच पड़दा सीगा लेकिन बीजेपी दा एमएलए जदों प्रधान बणदा है दिल्ली कमेटी दा उदों पड़दा उठ जांदा हैगा और सारा काम डायरेक्ट होण लग जांदा हैगा। पहले लुकवें ढुकवें ढंग नाल हुंदा सीगा हुण डायरेक्ट हो रिहा हैगा हुण उहदे विच कोई रोकथाम नहीं है जी। ਤੁਸੀਂ ਦੇਖੋ ਦਿੱਲੀ ਦੇ ਅੰਦਰ ਹੁਣ ਇਲੈਕਸ਼ਨਾਂ ਹੋਈਆਂ 2019 ਦੀਆਂ ਉਹਦੇ ਵਿੱਚ ਦਿੱਲੀ ਕਮੇਟੀ ਦਾ ਪ੍ਰਧਾਨ ਹੋਵੇ ਦਿੱਲੀ ਕਮੇਟੀ ਦਾ ਪ੍ਰਧਾਨ ਉਹ ਹੁੰਦਾ ਜੋ ਸਿੱਖਾਂ ਦੀ ਨੁਮਾਇੰਦਾ ਹੁੰਦਾ ਹੈ ਜਿਹੜਾ ਸਿੱਖਾਂ ਨੇ ਚੁਣ ਕੇ ਆਪਣਾ ਨੁਮਾਇੰਦਾ ਬਣਾਇਆ ਹੁੰਦਾ ਹੈ ਸਿੱਖਾਂ ਦਾ ਨੁਮਾਇੰਦਾ ਤੇ ਬੀਜੇਪੀ ਦਾ ਪ੍ਰਚਾਰ ਕਰਦਾ ਹੈ ਗਲੀ ਗਲੀ ਕਿਉਂ ਕਿਉਂਕਿ ਉਸ ਬੀਜੇਪੀ ਦਾ ਉਹ ਪਾਰਟੀ ਦਾ ਉਹ ਐਮਐਲਏ ਹੈਗਾ ਤੇ ਉਹਦਾ ਫਰਜ਼ ਬਣ ਜਾਂਦਾ ਹੈ ਪਾਰਟੀ ਤੌਰ ਤੇ ਕਿ ਆਪਣੇ ਉਹ ਪ੍ਰਚਾਰ ਕਰੇ ਬਿਲਕੁਲ ਸਿੱਖਾਂ ਦੀ ਨੁਮਾਇੰਦਾ ਜਮਾਤ ਦੀ ਉਹ ਰਖਵਾਲੀ ਕਰੇ ਤੇ ਇਸ ਕਰਕੇ ਉਹਨਾਂ ਦਾ ਜਿਹੜਾ ਸਪੋਰਟ ਆ ਕਰਨਾ ਬਣਦਾ ਸੀਗਾ ਲੇਕਿਨ ਇੱਥੇ ਦੋ ਡੈਜ਼ਿਗਨੇਸ਼ਨ ਹੋ ਗਈ ਆ ਠੀਕ ਹੈ। ਹਾਂ ਤੇ ਉਹਦੇ ਨਾਲ ਕੀ ਹੈਗਾ ਬਹੁਤ ਸਾਡੀ ਜਿਹੜੀ ਸਿੱਖ ਕੌਮ ਦੀ ਇੱਕ ਅਣਖ ਹੈਗੀ ਹੈ ਗੈਰਤ ਹੈ ਰੁਤਬਾ ਹੈ ਸਾਡਾ ਉਹ ਬਹੁਤ ਵੱਡਾ ਉਹਦੇ ਸਾਹਮਣੇ ਐਮਐਲਏ ਪੀਐਮ ਰਾਸ਼ਟਰਪਤੀ ਬਹੁਤ ਛੋਟੇ ਹੈਗੇ ਆ ਲੇਕਿਨ ਇਹ ਸਾਡੀ ਬਦਕਿਸਮਤੀ ਹੈਗੀ ਹੈ ਕਿ ਸਾਡੇ ਆਗੂ ਜਿਹੜੇ ਹੈਗੇ ਕਾਉਂਸਲਰ ਦੀ ਕੁਰਸੀ ਪਿੱਛੇ ਆਪਣੀ ਹੁਣ ਦੇਖੋ ਪਰਮਜੀਤ ਸਿੰਘ ਰਾਣਾ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਿਆ ਜੋ ਕਿ ਬਹੁਤ ਵੱਡੀ ਪੋਜੀਸ਼ਨ ਸੀਗੀ। ਮੈਂ ਸਮਝਦਾ ਹਾਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਤੋਂ ਵੀ ਵੱਡੀ ਪੋਜੀਸ਼ਨ ਹੈਗੀ ਹੈ ਇੱਕ ਬਾਬੇ ਨਾਨੇ ਦਾ ਮੈਸੇਜ ਦੁਨੀਆਂ ਪਹੁੰਚਾਉਣ ਵਾਲਾ ਉਸ ਚੀਜ਼ ਨੂੰ ਛੱਡ ਕੇ ਉਹ ਗਲੀਆਂ ਦੀ ਨਾਲੀਆਂ ਸਾਫ਼ ਕਰਨ ਵਾਲਾ ਕੰਮ ਹੁੰਦਾ ਹੈ ਕਾਉਂਸਲਰ ਦਾ ਉਹਨੇ ਉਸ ਚੇਅਰਮੈਨ ਨੇ ਛੱਡ ਕੇ ਉਹ ਕਾਉਂਸਲਰ ਵਾਲੇ ਕੰਮ ਤੇ ਲੱਗ ਗਿਆ ਤੇ ਇਹ ਸ਼ੋਅ ਕਰਦਾ ਹੈ ਕਿ ਇਹ ਗੁਰੂ ਘਰ ਦੀ ਸੇਵਾ ਨਹੀਂ ਲੈਂਦੇ ਇਹ ਸਿਰਫ਼ ਇੱਕ ਪੌੜੀ ਦੀ ਤਰ੍ਹਾਂ ਇਸ ਜਥੇਦਾਰੀ ਨੂੰ ਯੂਜ਼ ਕਰਦੇ ਆ ਤਾਂ ਕਿ ਉਸ ਪੌੜੀ ਦੇ ਉੱਤੇ ਚੜ੍ਹ ਕੇ ਅਸੀਂ ਜਿਹੜੀ ਨੈਸ਼ਨਲ ਪੋਲਿਟਿਕਸ ਤੇ ਵੱਡੀ ਪੋਲਿਟਿਕਸ ਦੇ ਵਿੱਚ ਉਤਰ ਜਾਈਏ ਜੋ ਇਹਨਾਂ ਦੀ ਨਜ਼ਰ 'ਚ ਵੱਡੀ ਆ। ਸਾਡੀ ਨਜ਼ਰ ਦੇ ਵਿੱਚ ਗੁਰੂ ਘਰ ਦੀ ਸੇਵਾ ਤੋਂ ਵੱਡਾ ਕੋਈ ਸੇਵਾ ਨਹੀਂ ਹੈਗੀ। ਠੀਕ ਹੈ ਤੇ ਹੁਣ ਹਾਲ ਫਿਲਹਾਲ ਦੇ ਵਿੱਚ ਜੇਕਰ ਮੈਂ ਹੁਣ ਕਾਰਜਕਾਲ ਦੀ ਗੱਲ ਕਰਾਂ ਮਨਜਿੰਦਰ ਸਿੰਘ ਸਿਰਸਾ ਹੋਣੀ ਦੀ ਤੇ ਉਹ ਕਿੱਥੇ ਸਟੈਂਡ ਕਰਦੇ ਹਨ? ਦੇਖੋ ਉਹਨਾਂ ਨੇ ਹੁਣੇ ਸ਼ੁਰੂ ਕੀਤਾ ਹੈਗਾ ਔਰ ਅਸੀਂ ਉਹਨਾਂ ਨਾਲ ਜਾ ਕੇ ਜਦੋਂ ਮਿਲੇ ਸੀਗੇ ਉਹਨਾਂ ਨਾਲ ਗੱਲ ਕੀਤੀ ਸੀਗੀ ਕਿ 5 ਕਰੋੜ ਦਾ ਘੋਟਾਲਾ ਸਬਜੀ ਦਾ ਤਾਂ ਉਹਨਾਂ ਨੇ ਵੀ ਕਰ ਲਿਆ। ਦੇਖੋ ਮੈਂ ਉਹੀ ਕਹਿ ਰਿਹਾ ਕਿ ਇਹ ਜਿਹੜਾ ਸਬਜ਼ੀ ਦਾ ਘੋਟਾਲਾ ਹੈਗਾ ਇਹ ਕੋਈ 2000
2014 ਚ ਨਹੀਂ ਸ਼ੁਰੂ ਹੋਇਆ, ਇਹ ਜਦੋਂ ਦੀ ਕਮੇਟੀ ਬਣੀ ਹੈਗੀ ਹੈ ਉਦੋਂ ਤੋਂ ਚੱਲ ਰਿਹਾ ਹੈਗਾ। ਇਹੀ ਵੈਂਡਰ ਜਿਹੜਾ ਹੈਗਾ ਜਿਹਦੀ ਉਹ ਬਿੱਲ ਦਿਖਾਏ ਜਾਂਦੇ ਹੈਗੇ ਆ ਚੈਨਲਾਂ ਦੇ ਉੱਤੇ, ਜਿਹੜਾ ਕੋਈ ਪੜ੍ਹ ਨਹੀਂ ਸਕਦਾ, ਉਹ ਵਾਲੇ ਬਿੱਲ ਅੱਜ ਦੇ ਨਹੀਂ ਚੱਲ ਰਹੇ। ਉਹ ਜਦੋਂ ਅਵਤਾਰ ਸਿੰਘ ਹਿੱਤ ਪ੍ਰਧਾਨ ਸੀਗੇ ਔਰ ਕੁਲਮੋਹਨ ਸਿੰਘ ਜਨਰਲ ਸੈਕਟਰੀ ਸੀਗੇ, ਉਦੋਂ ਦਾ ਉਹੀ ਵੈਂਡਰ ਹੈ। ਉਸ ਵੈਂਡਰ ਦੀ ਕੋਠੀ ਬਣ ਗਈ ਹੈ ਪੰਜਾਬੀ ਬਾਗ ਦੇ ਅੰਦਰ। ਉਹ ਬਹੁਤ ਹੀ ਅਮੀਰ ਆਦਮੀ ਬਣ ਚੁੱਕੇ ਹਨ, ਉਹ ਕੀ ਸੋਚ ਰਹੇ ਹਨ? ਦਿੱਲੀ ਦੇ ਪੰਥ ਦਰਜੀ ਜਿਹੜੇ ਹੈਗੇ ਆ, ਉਹ ਪਲੱਸ ਜਿਹੜੀ ਦਿੱਲੀ ਦੀ ਸੰਗਤ ਹੈਗੀ ਆ, ਉਹ ਇਸ ਟਾਈਮ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ। ਔਰ ਹਰ ਸਿੱਖ ਜਿਹੜਾ ਪੰਥ ਦੇ ਪ੍ਰਤੀ ਦਰਦ ਰੱਖਦਾ, ਉਹ ਇਸ ਗੱਲ ਦੇ ਉੱਤੇ ਹੁਣ ਦੁਬਾਰਾ ਵਿਚਾਰ ਕਰ ਰਿਹਾ ਕਿ ਹੁਣ ਅਸੀਂ ਕੀ ਕਰਨਾ। ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ, ਇੱਕ ਕਾਮਨ ਪਲੇਟਫਾਰਮ ਦੇ ਉੱਤੇ ਆ ਕੇ ਇਹ ਇਹਨਾਂ ਤੋਂ ਹਿਸਾਬ ਲੈਣਾ ਚਾਹੀਦਾ ਹੈਗਾ। ਔਰ ਅਸੀਂ ਸਾਨੂੰ ਇਹਨਾਂ ਨੂੰ ਕਿਸ ਤਰੀਕੇ ਨਾਲ ਕੱਢਣਾ ਹੈਗਾ, ਆਪਣੇ ਗੁਰੂ ਘਰ ਇਹਨਾਂ ਮੁਸਲਮਾਨਾਂ ਨੂੰ ਕਿੱਦਾਂ ਯਾਦ ਕਰਾਣਾ, ਉਹਦੇ ਬਾਰੇ ਹਰ ਸਿੱਖ ਦੇ ਦਿਮਾਗ ਦੇ ਵਿੱਚ ਉਹੀ ਉਧੇੜ ਪੁਣੇ ਸਟੈਪ। ਤੁਹਾਨੂੰ ਲੱਗਦਾ ਕਿ ਜੋ ਹਾਲ ਦਿੱਲੀ ਦੇ ਵਿੱਚ ਹੈ ਉਹੀ ਹਾਲ ਪੰਜਾਬ ਦੇ ਵਿੱਚ ਵੀ ਹੈ? ਬਿਲਕੁਲ, ਦਿੱਲੀ ਦਾ ਜਿਹੜਾ ਹਾਲ ਹੈ ਉਹ ਤਾਂ ਇੱਕ ਟ੍ਰੇਲਰ ਹੈਗਾ, ਪਿਕਚਰ ਤਾਂ ਸਾਰੀ ਪੰਜਾਬ ਦੇ ਅੰਦਰ ਹੈਗੀ ਹੈ। ਅੱਛਾ, ਮੂਵੀ ਸਾਰੀ ਉੱਥੇ ਬਣ ਰਹੀ ਹੈ? ਪੂਰੀ ਮੂਵੀ ਉੱਥੇ ਬਣ ਰਹੀ ਹੈ, ਇਹ ਤਾਂ ਜੋ ਦਿੱਲੀ ਦਾ ਚੀਜ਼ ਨਿਕਲ ਕੇ ਸਾਹਮਣੇ ਆਈ ਹੈ, ਇਹ ਪਿਕਚਰ ਦਾ ਟ੍ਰੇਲਰ ਹੈਗਾ। ਹਰਮਿੰਦਰ ਸਿੰਘ ਜੀ, ਲੱਗਦਾ ਕਿ ਹੁਣ ਸਮਾਂ ਆ ਗਿਆ ਕਿ ਚਾਬੀ ਜਿਹੜੀ ਹੈ ਉਹ ਹੁਣ ਮੋਦੀ ਦੇ ਕੋਲ ਜਾਣ ਵਾਲੀ ਹੈ ਔਰ ਆਰਐਸਐਸ ਦੇ ਕੋਲ ਜਾਣ ਵਾਲੀ ਹੈ ਗੁਰੂ ਘਰਾਂ ਦੀ? ਉਹ ਤਾਂ ਆਲਰੇਡੀ ਜਦੋਂ ਬਾਦਲ ਪਾਰਟੀ ਜਦ ਵੀ ਪ੍ਰਧਾਨ ਬਣਦੀ ਆ ਰਹੀ ਹੈ ਸ਼ੁਰੂ ਤੋਂ ਹੀ, ਸ਼੍ਰੋਮਣੀ ਕਮੇਟੀ ਸ਼ੁਰੂ ਤੋਂ ਉਹਨਾਂ ਨੇ ਠੇਕਾ ਲਿਆ ਹੋਇਆ ਸ਼੍ਰੋਮਣੀ ਕਮੇਟੀ ਦਾ, ਤੇ ਉਸ ਜਦੋਂ ਦਾ ਕਿਉਂਕਿ ਉਹਨੇ ਤਾਂ ਪੂਰੇ ਪੰਥ ਦੀ ਚਾਬੀ ਫੜਾ ਰੱਖੀ ਉੱਥੇ ਨਾਗਪੁਰ ਦੇ ਵਿੱਚ, ਤੇ ਹੁਣ ਵੀ ਸਮਾਂ ਆਇਆ, ਇਹ ਸਮਾਂ ਆਲਰੇਡੀ ਆਇਆ ਹੋਇਆ। ਇੱਕ ਨੇ ਦਰਬਾਰ ਸਾਹਿਬ ਢਾਇਆ ਤੇ ਦੂਜੇ ਨੇ ਢਵਾਇਆ, ਦੋਨੋਂ ਬਰਾਬਰ ਹੈਗੇ। ਜਿੱਥੇ ਹਰਿਮੰਦਰ ਸਾਹਿਬ ਨੂੰ ਹੁਣ ਸਵਰਣ ਮੰਦਿਰ ਕਹਿਣ ਦੇ ਵਿੱਚ ਜੋ ਉਹਨਾਂ ਦੀ ਗੱਲ ਸੀਗੀ ਉਹ ਅੱਗੇ ਜਾਂਦੀ ਹੋਈ ਨਜ਼ਰ ਆ ਰਹੀ ਹੈ, ਔਰ ਇਹ ਵੀ ਕਹਿ ਸਕਦੇ ਹਾਂ ਕਿ ਬੰਗਲਾ ਸਾਹਿਬ ਨੂੰ ਉਹਨੂੰ ਬੰਗਲਾ ਮੰਦਿਰ ਵੀ ਕਰਨ ਦੇ ਵਿੱਚ ਆਰਾਮ ਨਾਲ। ਦੇਖੋ ਤੁਸੀਂ ਦਰਬਾਰ ਸਾਹਿਬ ਜਾਓ, ਉੱਥੇ ਕਿਸੇ ਰੇਲਵੇ ਸਟੇਸ਼ਨ ਤੇ ਉਤਰੋ ਤੇ ਕਿਸੇ ਰਿਕਸ਼ੇ ਵਾਲੇ ਨੂੰ ਤੁਸੀਂ ਕਹੋਗੇ ਸਵਰਣ ਮੰਦਿਰ ਜਾਣਾ, ਤੇ ਉਹਨੂੰ ਨੀ ਪਤਾ, ਉਹ ਦਰਬਾਰ ਉਹ ਸਿੱਧਾ ਉਹ ਕਹਿੰਦਾ ਦਰਬਾਰ ਸਾਹਿਬ ਜਾਣਾ, ਉਹ ਤੁਹਾਨੂੰ ਰਿਕਸ਼ੇ ਤੇ ਬਿਠਾ ਕੇ ਲੈ ਜਾਂਦਾ। ਉਹਨੂੰ ਸ਼ੁਰੂ ਤੋਂ ਹੀ ਕਾਮਨਲੀ ਯੂਜ਼ ਵਰਡ ਜਿਹੜਾ ਸੀਗਾ ਉਹ ਦਰਬਾਰ ਸਾਹਿਬ ਸੀਗਾ। ਹੁਣ ਜਿਹੜਾ ਉੱਥੇ ਨਵਾਂ ਜਥੇਦਾਰ ਬਣਾਇਆ ਇਹਨਾਂ ਨੇ ਹਰਪ੍ਰੀਤ ਸਿੰਘ, ਉਹਦਾ ਜਿਹੜਾ ਅਖਬਾਰ ਚ ਬਿਆਨ ਆਇਆ ਕਿ ਇਹਨੂੰ ਜੀ ਸੁਨਹਿਰੀ ਮੰਦਿਰ ਨਾ ਬੋਲੋ, ਇਹਨੂੰ ਬੀਜੇਪੀ ਆਉਣ ਤੋਂ ਬਾਅਦ ਹੁਣ ਸਾਹਮਣੇ ਚੀਜ਼ਾਂ ਹੋਰ ਵੀ ਸਾਹਮਣੇ ਆ ਸਕਦੀਆਂ ਹਨ, ਲੇਕਿਨ ਮੈਨੂੰ ਜਾਂਦਾ ਜਾਂਦਾ ਇੱਕ ਗੱਲ ਦਾ ਹੋਰ ਵੀ ਜਵਾਬ ਦੇ ਦਿਓ। ਤੁਸੀਂ ਮਿਨੋਰਿਟੀਜ਼ ਦੀ ਘੱਟ ਗਿਣਤੀਆਂ ਦੀ ਵੀ ਨੁਮਾਇੰਦਗੀ ਕਰਦੇ ਹੋ ਦਿੱਲੀ ਦੇ ਵਿੱਚ, ਹੁਣ ਆਉਣ ਵਾਲੇ ਸਮੇਂ ਦੇ ਵਿੱਚ 5 ਸਾਲ ਜਿਹੜੇ ਹੁਣ ਹੋਣਗੇ, ਕਿਉਂਕਿ ਜਿਹੜੇ 5 ਸਾਲ ਤੁਸੀਂ ਵੇਖੇ ਹਨ, ਹੁਣ ਫਿਊਚਰ ਜਿਹੜੇ 5 ਸਾਲ ਹੋਣਗੇ, ਉਹ ਮਾਈਨੋਰਿਟੀਜ਼ ਘੱਟ ਗਿਣਤੀ ਸਿੱਖ ਭਾਈਚਾਰਾ ਤੁਸੀਂ ਕਿੱਥੇ ਵੇਖਦੇ ਹੋ? ਫਿਊਚਰ ਤੁਸੀਂ ਦੇਖ ਲਓ, ਜਿਸ ਦਿਨ ਰਿਜ਼ਲਟ ਆਇਆ ਆਪਣਾ 23 ਮਈ ਨੂੰ, ਉਸ ਤੋਂ ਅਗਲੇ ਦਿਨ ਹੀ ਜਿਹੜਾ ਮਾਈਨੋਰਿਟੀਆਂ ਦੇ ਅਮਲੇ ਹੋਣੇ ਸ਼ੁਰੂ ਹੋ ਗਏ ਹੈਗੇ। ਇੱਥੇ ਗੁੜਗਾਵਾਂ ਦੇ ਵਿੱਚ ਉਹ ਇੱਕ ਦਰਜੀ ਸੀਗਾ ਮੁਸਲਮਾਨ, ਉਹਨੂੰ ਕੁੱਟ ਕੁੱਟ ਕੇ ਉੱਥੇ ਜੈਸ਼ ਨਾਮ ਬੁਲਵਾਇਆ। ਉੱਥੇ ਮੱਧ ਪ੍ਰਦੇਸ਼ ਉੱਥੇ ਤਿੰਨ ਫੈਮਿਲੀ ਦੇ ਮੈਂਬਰ ਸੀਗੇ, ਮਸਜਿਦ ਜਾ ਰਹੇ ਸੀ ਨਮਾਜ਼ ਪੜ੍ਹਨ, ਉਹਨਾਂ ਨੂੰ ਕੁੱਟ ਕੁੱਟ ਕੇ ਉਹਨਾਂ ਤੋਂ ਜੈਸ਼ ਨਾਮ ਬੁਲਵਾਇਆ। ਯੂਪੀ ਦੇ ਵਿੱਚ ਇੱਕ ਨੂੰ ਗੋਲੀ ਮਾਰਤੀ ਹੈ, ਆ ਪਿਛਲੇ 4 ਦਿਨ ਦੀ ਗੱਲ ਦੱਸ ਰਹੇ ਜਿਹੜੀ ਸੋਸ਼ਲ ਮੀਡੀਆ ਤੇ ਔਰ ਟੀਵੀ ਚੈਨਲਾਂ ਤੇ ਚੱਲ ਰਹੀ ਹੈਗੀ। ਤੁਹਾਨੂੰ ਲੱਗਦਾ ਕਿ ਉਹ ਸਮਾਂ ਵੀ ਦੂਰ ਨਹੀਂ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਨਹੀਂ ਬੋਲਣਾ, ਤੁਸੀਂ ਹੁਣ ਜੈ ਸ਼੍ਰੀ ਰਾਮ ਬੋਲਣਾ? ਦੇਖੋ, ਇਸ ਟਾਈਮ ਸਿੱਖਾਂ ਨੂੰ ਚੁੱਪ ਰਹਿਣ ਦਾ ਟਾਈਮ ਨਹੀਂ ਹੈਗਾ। ਜੇ ਇਸ ਟਾਈਮ ਸਿੱਖਾਂ ਦੇ ਉੱਤੇ ਸਿੱਧਾ ਫਿਜ਼ੀਕਲ ਅਟੈਕ ਨਹੀਂ ਹੋ ਰਿਹਾ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਸੇਫ ਹੈਗੇ ਆ। ਠੀਕ ਹੈ, ਉਹ ਚੁੱਪ, ਜੇ ਇਸ ਟਾਈਮ ਉਹ ਚੁੱਪ ਚਾਪ ਦੇਖਦੇ ਰਹਿਣਗੇ ਵੀ ਦੂਜਿਆਂ ਤੇ ਹੋ ਰਿਹਾ ਹਮਲੇ, ਫਿਜ਼ੀਕਲ ਅਟੈਕ ਦੂਜਿਆਂ ਤੇ ਹੋ ਰਿਹਾ, ਸਾਡੇ ਵੀ ਹੋ ਰਿਹਾ, ਸਾਨੂੰ ਵੀ ਲੋੜ ਹੈ ਵਿੱਚ ਬੋਲਣ ਦੀ? ਇੱਥੇ ਕਰੈਕਟਰ ਨਹੀਂ ਹੈਗਾ। ਇੱਕ ਕਰੈਕਟਰ ਇਹ ਹੈਗਾ ਕਿ ਹਮੇਸ਼ਾ ਗਊ ਗਰੀਬ ਦੀ ਰੱਖਿਆ ਵਾਸਤੇ, ਜਿਹੜੇ ਮਜ਼ਲੂਮ ਦੀ ਰੱਖਿਆ ਵਾਸਤੇ, ਉਹਦੇ ਵਾਸਤੇ ਖੜੇ ਹੋਣਾ, ਉਹਦੇ ਵਾਸਤੇ ਆਵਾਜ਼ ਚੁੱਕਣਾ, ਇਹ ਬੇਸਿਕ ਕਰੈਕਟਰ ਜਿਹੜਾ ਸਾਡੇ ਸਿੱਖ ਆਗੂਆਂ ਨੇ ਛੱਡ ਦਿੱਤਾ ਹੈਗਾ, ਤੇ ਇਹ ਬੜੀ ਮੰਦਭਾਗੀ ਗੱਲ ਹੈ। ਸਾਨੂੰ ਆਪਣੇ ਬੇਸਿਕ ਕਰੈਕਟਰ ਦੇ ਵਿੱਚ ਰਹਿਣਾ ਚਾਹੀਦਾ ਹੈ। ਚਲੋ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਹਰਮਿੰਦਰ ਸਿੰਘ ਜੀ, ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕਰਨ ਦੇ ਲਈ ਔਰ ਦਿੱਲੀ ਦੀ ਜਿਹੜੀ ਸਿਆਸਤ ਹੈ ਉਹਦੇ ਉੱਤੇ ਚਾਨਣਾ ਪਾਉਣ ਦੇ ਲਈ। ਅਤੇ ਫਿਲਹਾਲ ਮੈਂ ਇੱਥੇ ਇੱਕ ਨਿੱਕੇ ਜਿਹੇ ਬ੍ਰੇਕ ਲਈ ਰੁਕ ਰਿਹਾ, ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ। ਦਿੱਲੀ ਦੇ ਜਿਹੜੇ ਅਹਿਮ ਅਹੁਦੇਦਾਰ ਹਨ ਉਹਨਾਂ ਨੂੰ ਵੀ ਅਸੀਂ ਫੋਨ 'ਤੇ ਲੈਣ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਤੋਂ ਵੀ ਪੁੱਛਾਂਗੇ ਤਿੱਖੇ ਸਵਾਲ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਅਤੇ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਅਸੀਂ ਦੋਵੇਂ ਜਿਹੜੇ ਸਿਆਸਤਦਾਨ ਹਨ ਦਿੱਲੀ ਦੇ, ਮਨਜਿੰਦਰ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਜੀ ਕੇ, ਹੋਰਾਂ ਨੂੰ ਫੋਨ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਹਾਲ ਫਿਲਹਾਲ ਦੇ ਵਿੱਚ ਉਹਨਾਂ ਨੇ ਸਾਡਾ ਫੋਨ ਨਹੀਂ ਚੁੱਕਿਆ, ਉਹਨਾਂ ਰਿਪਲਾਈ ਨਹੀਂ ਕੀਤਾ। ਲੇਕਿਨ ਜੇਕਰ ਸਾਡੇ ਨਾਲ ਜੁੜਦੇ ਹਨ ਤਾਂ ਉਹਨਾਂ ਨਾਲ ਵੀ ਅਸੀਂ ਤੁਹਾਨੂੰ ਜ਼ਰੂਰ ਤਾਰੀਫ ਕਰਾਵਾਂਗੇ, ਅਤੇ ਨਾਲੇ ਜਿਹੜੇ ਇਲਜ਼ਾਮ ਉਹਨਾਂ ਦੇ ਉੱਤੇ ਲੱਗ ਰਹੇ ਹਨ, ਔਰ ਖਾਸ ਤੌਰ ਦੇ ਉੱਤੇ ਦਿੱਲੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਹੋਰਾਂ ਨੂੰ, ਜੋ ਹੁਣ
ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਅਤੇ ਨਾਲ ਉਹਨਾਂ ਨੇ ਜਿਹੜਾ ਫੈਸਲਾ ਲਿਆ ਸ਼੍ਰੋਮਣੀ ਅਕਾਲੀ ਦਲ ਛੱਡਣ ਦਾ, ਅਤੇ ਹੁਣ ਜਿਹੜੇ ਇਲਜ਼ਾਮ ਉਲਾ ਰਹੇ ਹਨ ਕਿ ਗੁਰੂ ਘਰ ਦੀ ਜਿਹੜੀ ਗੋਲਕ ਹੈ ਉਹਨੂੰ ਯੂਟੀਲਾਈਜ਼ ਕੀਤਾ ਗਿਆ ਲੋਕ ਸਭਾ ਚੋਣਾਂ ਦੇ ਦੌਰਾਨ, ਤਾਂ ਇਹ ਇਲਜ਼ਾਮ ਹੁਣ ਹਾਲ ਫਿਲਹਾਲ ਦੇ ਵਿੱਚ ਬਾਹਰ ਆ ਰਹੇ ਹਨ। ਅਤੇ ਮੈਂ ਚਾਹੁੰਦਾ ਕਿ ਜੇਕਰ ਸਾਡੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਹੋਰ ਨੁਮਾਇੰਦੇ ਹਨ ਉਹਨਾਂ ਦੇ ਵੀ ਵੱਖ ਵੱਖ ਜਿਹੜੇ ਬਿਆਨ ਸਾਹਮਣੇ ਆਏ ਸੀਗੇ ਕਿ ਇਹ ਤਰਾਜ਼ੀ ਜਿਹੜੀ ਹੈ ਕਮੇਟੀ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਹੋਈ ਨਜ਼ਰ ਆ ਰਹੀ ਹੈ। ਅਤੇ ਮੈਂ ਹੁਣ ਫੋਨ ਲਾਈਨਸ ਜਿਹੜੀ ਹੈ ਸਾਡੇ ਦਰਸ਼ਕਾਂ ਨੇ ਜ਼ਰੂਰ ਖੋਲ੍ਹ ਦਿੱਤੀ ਹੈ, ਜੇਕਰ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਔਰ ਆਪਣੇ ਪ੍ਰਤੀਕਰਮ ਜਿਹੜੇ ਆ ਸਾਨੂੰ ਵੇਚ ਸਕਦੇ ਹੋ ਕਿ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਇਸ ਮਸਲੇ ਨੂੰ। ਅਤੇ ਨਾਲੇ ਮੈਂ ਉਹਨਾਂ ਤੋਂ ਵੀ ਦਰਖਾਸਤ ਕਰਨਾ ਚਾਹਾਂਗਾ ਸਾਡੇ ਦਰਸ਼ਕਾਂ ਲਈ ਜੋ ਕਿ ਸਾਨੂੰ ਮੇਲ ਰਾਹੀਂ ਆਪਣੇ ਵਿਚਾਰ ਭੇਜਦੇ ਹਨ info@justbroadcasting.com, harkirat@justbroadcasting.com ਦੇ ਉੱਤੇ, ਅਤੇ ਮੈਂ ਚਾਹਾਂਗਾ ਕਿ ਤੁਸੀਂ ਮੇਲ ਰਾਹੀਂ ਵੀ ਸਾਡੇ ਉੱਤੇ ਤੁਸੀਂ ਲਿਖ ਕੇ ਬਕਾਇਦਾ ਆਪਣੀ ਜਿਹੜੀ ਮੇਲ ਹੈ ਉਹਨੂੰ ਵਿਚਾਰ ਇਸ ਮੇਲ ਦੇ ਉੱਤੇ ਭੇਜ ਸਕਦੇ ਹੋ। ਅਤੇ ਹਾਲ ਫਿਲਹਾਲ ਦੇ ਵਿੱਚ ਜਿਹੜੇ ਇਲਜ਼ਾਮ ਹੁਣ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰਸ ਹਨ, ਜਦ ਉਹਨਾਂ ਨੂੰ ਪਾਰਟੀ ਤੋਂ ਐਕਸਪੈਲ ਕੀਤਾ ਜਾਂਦਾ, ਪਾਰਟੀ ਤੋਂ ਬਾਹਰ ਕੱਢਿਆ ਜਾਂਦਾ, ਤਾਂ ਫਿਰ ਉਹ ਸਾਹਮਣੇ ਆਉਂਦੇ ਹਨ ਔਰ ਬਿਆਨ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੋਰਾਂ ਦੇ ਉੱਤੇ ਲੱਗਦੇ ਹਨ ਕਿ ਕਿਉਂਕਿ ਮੈਂ ਇਹ ਬਿਆਨ ਮਨਜੀਤ ਸਿੰਘ ਜੀਕੇ ਹੋਰਾਂ ਦਾ ਜ਼ਰੂਰ ਸੁਣਿਆ ਸੀਗਾ ਕਿ ਜਿਹੜਾ ਬਰਗਾੜੀ ਹੋਇਆ ਉਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਸਟੈਂਡ ਨਹੀਂ ਸੀਗਾ, ਇਸ ਕਰਕੇ ਸੁਖਬੀਰ ਬਾਦਲ ਉਹਨਾਂ ਤੋਂ ਨਾਰਾਜ਼ ਵੀ ਹੋਏ ਔਰ ਉਹਨਾਂ ਨੂੰ ਕਈ ਵਾਰ ਪਾਰਟੀ ਤੋਂ ਫੋਨ ਵੀ ਗਏ ਪਾਰਟੀ ਦਫ਼ਤਰ ਤੋਂ ਕਿ ਇਹ ਕੀ ਬਿਆਨ ਦਿੱਤਾ ਉਹਨਾਂ ਨੇ ਮੀਡੀਆ ਦੇ ਵਿੱਚ। ਅਤੇ ਮਤਭੇਦ ਜਿਹੜਾ ਮਨਜਿੰਦਰ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਜੀਕੇ ਦੇ ਵਿੱਚ ਵੇਖਣ ਨੂੰ ਮਿਲਿਆ ਉਹ ਵੀ ਉਜਾਗਰ ਹੋਇਆ, ਉਹ ਵੀ ਸੰਗਤ ਦੇ ਸਾਹਮਣੇ ਆਇਆ। ਅਤੇ ਐਜੂਕੇਸ਼ਨ ਇੰਸਟੀਟਿਊਸ਼ਨਲ ਜਿਹੜੇ ਰਿਲੀਜੀਅਸ ਬੋਡੀਜ਼ ਚਲਾਉਂਦੀਆਂ ਹਨ, ਹੁਣ ਭਵਿੱਖ ਬੱਚਿਆਂ ਦਾ ਕਿੱਥੇ ਰਹਿ ਜਾਂਦਾ, ਹੁਣ ਭਵਿੱਖ ਜਿਹੜੇ ਟੀਚਰਸ ਹਨ ਉਹਨਾਂ ਦਾ ਕਿੱਥੇ ਰਹਿ ਜਾਂਦਾ। ਅਸੀਂ ਇੱਕ ਪਾਸੇ ਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਲਈ ਇਹ ਕਹਿੰਦੇ ਹਨ ਕਿ ਅਸੀਂ ਵੱਧ ਚੜ੍ਹ ਕੇ ਕੰਮ ਕਰ ਰਹੇ ਹਾਂ, ਲੇਕਿਨ ਫਿਰ ਜਦ ਅਜਿਹੇ ਮਤਭੇਦ ਇੰਟਰਨਲ ਬੋਡੀਜ਼ ਦੇ ਵਿੱਚ ਹੁੰਦੇ ਹਨ ਤਾਂ ਫਿਰ ਸੰਗਤ ਕਿੱਥੇ ਸਟੈਂਡ ਕਰਦੀ ਹੈ। ਇਹ ਤਾਂ ਇੱਕ ਦਿੱਲੀ ਦੀ ਗੱਲ ਅਸੀਂ ਕਰ ਰਹੇ ਹਾਂ, ਲੇਕਿਨ ਇਹ ਮਸਲੇ ਅਸੀਂ ਇੱਥੇ ਵੀ ਵੇਖਦੇ ਹਾਂ, ਜਿਸ ਕਰਕੇ ਜਿਹੜੇ ਸਾਡੇ ਆਪਣੇ ਆਪ ਦੇ ਨਿੱਜੀ ਮਸਲੇ ਹਨ ਉਹ ਫਿਰ ਕੌਮ ਦੇ ਮਸਲੇ ਬਣ ਜਾਂਦੇ ਹਨ ਔਰ ਜਦੋਂ ਬਣਦੇ ਹਨ ਤਾਂ ਫਿਰ ਨੁਕਸਾਨ ਤੁਹਾਡਾ ਹੀ ਹੁੰਦਾ। ਅਤੇ ਮੈਂ ਚਾਹਾਂਗਾ ਕਿ ਇਸ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ। ਕਾਫੀ ਸਾਰੀ ਕਾਲ ਸਿਸਟਮ ਸਾਡੇ ਕੋਲ ਹੈਗੀ ਹੈ, ਲੇਕਿਨ ਉਹਨਾਂ ਦੇ ਵੀ ਵਿਚਾਰ ਆਪਾਂ ਜ਼ਰੂਰ ਲਵਾਂਗੇ। ਫਿਲਹਾਲ ਮੈਨੂੰ ਇੱਥੇ ਇੱਕ ਨਿੱਕੇ ਜਿਹੇ ਕਮਰਸ਼ੀਅਲ ਲਈ ਰੁਕਣਾ ਪੈ ਰਿਹਾ, ਜਦ ਮੈਂ ਕਮਰਸ਼ੀਅਲ ਤੋਂ ਬਾਅਦ ਵਾਪਸ ਆਵਾਂਗਾ ਲਵਾਂਗਾ ਤੁਹਾਡੀ ਫੋਨ ਕਾਲਸ। ਅਤੇ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਹੁਣ ਮੇਰੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹਨ ਦਿੱਲੀ ਦੇ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ। ਜੀਕੇ ਸਾਹਿਬ, ਮੈਂ ਤੁਹਾਡਾ ਸਭ ਤੋਂ ਪਹਿਲਾਂ ਓਪਨਿੰਗ ਕਮੈਂਟ ਜਾਣਨਾ ਚਾਹਾਂਗਾ ਕਿ ਇਹ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਔਰ ਵੱਖ ਵੱਖ ਅਦਾਰਿਆਂ ਦੇ ਉੱਤੇ, ਇਲੈਕਟ੍ਰੋਨਿਕ ਮੀਡੀਆ ਦੇ ਉੱਤੇ, ਪ੍ਰਿੰਟ ਮੀਡੀਆ ਦੇ ਉੱਤੇ ਖਬਰ ਹੋ ਰਹੀ ਹੈ, ਵਾਇਰਲ ਸਾਹਮਣੇ ਆ ਰਹੀ ਹੈ ਕਿ ਮਨਜੀਤ ਸਿੰਘ ਜੀਕੇ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕੱਢਿਆ ਗਿਆ। ਤੁਹਾਡੀ ਆਵਾਜ਼ ਠੀਕ ਪਹੁੰਚ ਰਹੀ ਹੈ ਜੀ? ਠੀਕ ਪਹੁੰਚ ਰਹੀ ਹੈ। ਐਂਟੀ ਪਾਰਟੀ ਐਕਟੀਵਿਟੀ ਮਨਜੂਰ ਸਿੰਘ ਨੇ ਐਂਟੀ ਪਾਰਟੀ ਐਕਟੀਵਿਟੀ ਕੀਤੀ ਹੈ ਔਰ ਇਹਦੇ ਉੱਤੇ ਕਰਪਸ਼ਨ ਦੇ ਚਾਰਜ ਨੇ, ਇਹਦੇ ਕਰਕੇ ਵੀ ਵਧੀਆ ਕੰਮ।
ਮੇਰਾ ਸਵਾਲ ਇੱਕ ਹੋਇਆ, ਮੈਂ ਇੱਕੋ ਗੱਲ ਕਹੀ ਸੀ ਕੋਰਟ ਦੇ ਵਿੱਚ ਕੇਸ ਕਰ ਰਿਹਾ, ਪੁਲਿਸ ਇਨਕੁਆਇਰੀ ਕਰਨੀ ਪਈ ਹੈ, ਜੋ ਵੀ ਆਊਟਕਮ ਹੋਏਗਾ ਮੇਰੇ ਸਿਰ ਮੱਥੇ ਤੇ ਮੈਂ ਉਸਨੂੰ ਮਨਜ਼ੂਰ ਕਰਾਂਗਾ, ਇਹ ਤਾਂ ਹੋ ਗਈ ਉਹਦੀ ਗੱਲ। ਦੂਜੇ ਪਾਸੇ ਇਹ ਐਂਟੀ ਪਾਰਟੀ ਇਸ਼ੂ ਕੀ ਕਹਿੰਦੇ ਆ ਕਿ ਜੇ ਮੈਂ ਸਰਕਾਰੀ ਦੇ ਇਹਨਾਂ ਦੇ ਐਕਸ਼ਨ ਦੇ ਖਿਲਾਫ਼ ਬੋਲਿਆ, ਜੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਦੇਸ਼ ਵਿੱਚ ਆਪਾਂ ਕੁਛ ਨੀ ਕਰ ਸਕੇ ਉਹਦੇ ਲਈ ਬੋਲਿਆ, ਜੇ ਡੇਰਾ ਬਾਪੂ ਲਈ ਬੋਲੇ ਹਾਂ, ਅਗਰ ਇਹ ਐਂਟੀ ਪਾਰਟੀ ਇਸ਼ੂ ਵਿੱਚ ਹੈ। ਦੂਜੀ ਗੱਲ, ਮੇਰਾ ਇੱਕ ਬਿਆਨ ਆਇਆ ਸੀ ਚਾਰ ਦਿਨ ਪਹਿਲੇ ਇਲੈਕਸ਼ਨ ਦੇ ਰਿਜ਼ਲਟ ਤੋਂ ਇੱਕ ਦਿਨ ਪਹਿਲੇ ਅੰਮ੍ਰਿਤਸਰੋਂ, ਮੈਂ ਦਰਬਾਰ ਸਾਹਿਬ ਮੱਥਾ ਟੇਕਣ ਗਿਆ, ਉੱਥੇ ਕੋਈ ਜਰਨਲਿਸਟਾਂ ਨੇ ਮੈਨੂੰ ਪੁੱਛ ਲਿਆ ਕਿਉਂਕਿ ਜੇ ਹੁਣ ਅਕਾਲੀ ਦਲ ਫਿਰ ਸੀਟਾਂ ਹਾਰ ਜਾਂਦਾ ਹੈ ਤੇ ਕੀ ਹੋਊਗਾ, ਤੇ ਮੈਂ ਕਿਹਾ ਜੀ ਇਸ ਵੇਲੇ ਮੋਦੀ ਦੀ ਜੜਤ ਹੈ ਹਿੰਦੁਸਤਾਨ, ਔਰ ਖਾਸ ਕਰਕੇ ਮੋਦੀ ਦੀ ਜੜਤ 1984 ਦੇ ਮਾਮਲੇ ਕੀ ਹੈ ਕਿ ਉਸਨੇ ਸੱਜਣ ਕੁਮਾਰ ਅੰਦਰ ਕੀਤਾ, ਐਸ ਆਈ ਟੀ ਬਣਾਈ, ਅਸੀਂ ਲੜਾਈ ਲੜੀ 35 ਸਾਲ, ਉਹਦੀ ਜਗ੍ਹਾ ਬੇਸ ਕਰਕੇ ਵੀ ਹੈ ਕਿ ਉਸਨੇ ਬਲੈਕਮੇਲ ਮਾਫ਼ ਕੀਤੀ, ਉਸਨੇ ਸਾਡੇ ਕਈ ਜਿੱਥੇ ਲਾਂਘੇ ਦੀ ਗੱਲ ਕਰ ਲਈ ਹੈ, ਹੋਰ ਮਸਲੇ ਕਰ ਲਈਏ ਬੜੇ ਹੱਲ ਕੀਤੇ, ਔਰ ਸੈਕਿੰਡਲੀ ਅਖੀਰਲਾ ਹਫ਼ਤਾ ਕਾਂਗਰਸ ਦਾ ਸੀਨੀਅਰ ਲੀਡਰ ਰਾਹੁਲ ਗਾਂਧੀ ਦਾ ਐਡਵਾਈਜ਼ਰ ਟਾਈਮ ਤੇ ਤੁਹਾਡਾ ਬਿਆਨ ਦੇ ਜਾਂਦਾ ਹੈ, ਹੋਇਆ ਤਾਂ ਹੋਇਆ, ਪ੍ਰਧਾਨ ਮੰਤਰੀ ਪਹਿਲੀ ਦਫ਼ਾ ਸਟੇਜ ਹੈ ਤੋਂ ਬੋਲਦਾ, ਸਾਰਾ ਮੀਡੀਆ ਹਿੰਦੁਸਤਾਨ ਦਾ ਸਾਡੀ ਸਪੋਰਟ ਤੇ ਆ ਜਾਂਦਾ ਕਿ ਬਈ ਇਹ ਅੱਜ ਵੀ ਕਾਂਗਰਸ ਦੀ ਮੈਂਟੈਲਿਟੀ ਉਹ ਹੈ, ਇੰਨਾ ਫੇਵਰੇਬਲ ਹੋਣ ਦੇ ਬਾਵਜੂਦ, ਔਰ ਫਿਰ ਜਿਹੜਾ ਕੈਪਟਨ ਸਾਹਿਬ ਨੇ ਉੱਠ ਕਰ ਚੁੱਕੇ ਸਹੁੰ ਚੁੱਕੀ ਸੀਗੀ ਕਿ ਮੈਂ ਕਰਜ਼ੇ ਮਾਫ਼ ਕਰ ਦੂੰਗਾ, ਮੈਂ ਬਿਜਲੀ ਮਾਫ਼ ਕਰ ਦੂੰਗਾ, ਮੈਂ ਨੌਕਰੀਆਂ ਦੇ ਦਿਆਂਗਾ, ਮੈਂ ਕਿਸਾਨਾਂ ਦੀ ਮੁਸੀਬਤ ਹੱਲ ਕਰ ਦਿਆਂਗਾ, ਜਿਹਨਾਂ ਨੂੰ ਨੌਕਰੀ ਨਹੀਂ ਮਿਲੂਗੀ, ਜਿੱਦਾਂ ਤੁਹਾਡੇ ਅਮਰੀਕਾ ਚ ਸੋਸ਼ਲ ਸਿਕਿਉਰਿਟੀ ਹੁੰਦੀ ਹੈ, ਉਹਨਾਂ ਨੂੰ ਮੈਂ ਖਰਚਾ ਦੇ ਦਿਆਂਗਾ, ਇਹ ਸਾਰੀਆਂ ਗੱਲਾਂ ਚ ਕੈਪਟਨ ਫੇਲ ਹੋਇਆ। ਮੈਂ ਕਿਹਾ ਕੈਪਟਨ ਦੀ 2.5 ਸਾਲ ਦੀ ਨਾਕਾਮੀ, ਮੋਦੀ ਦੀ ਜੇਬ, ਔਰ ਸਭ ਤੋਂ ਵੱਡੀ ਗੱਲ ਕਿ 84 ਦਾ ਇਸ਼ੂ ਅਖੀਰ ਦੇ ਹਫ਼ਤੇ ਡੇਟਾ ਉੱਤੇ ਆ ਗਿਆ ਸੀ ਪੂਰੇ ਹਿੰਦੁਸਤਾਨ ਕਿ ਮੋਦੀ ਨੇ ਪਹਿਲੀ ਦਫ਼ਾ ਉਹਨੂੰ ਰੋਇਸ ਨਹੀਂ ਕਿਹਾ, ਉਹਨੂੰ ਦੰਗੇ ਨਹੀਂ ਕਿਹਾ, ਉਹਨੇ ਨਕਸ ਤੋਂ ਇਨਕਾਰ ਕਿਹਾ, ਉਸਨੇ ਕਿਹਾ ਕਿ ਕਾਂਗਰਸ ਸਪੌਂਸਰ ਸੀਗੇ, ਇਹਨਾਂ ਸਾਰਿਆਂ ਦੇ ਹੁੰਦੇ ਹੋਏ ਕਿ ਅਸੀਂ ਸੀਟਾਂ ਨਹੀਂ ਲੈ ਸਕਾਂਗੇ, ਤੇ ਮੈਂ ਸਮਝਦਾ ਫਿਰ ਲੀਡਰਸ਼ਿਪ ਨੂੰ ਸੋਚਣਾ ਪਏਗਾ। ਅਸਲ ਇਹ ਸਾਰੀਆਂ ਗੱਲਾਂ ਸਰਕਾਰੀ ਦੀ ਗੱਲ ਕਰਨੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨੀ, ਇਹ ਸਾਰੀਆਂ ਗੱਲਾਂ ਕਰਨੀਆਂ ਗਲਤ ਨੇ, ਪਾਰਟੀ ਨੂੰ ਐਂਟੀ ਐਂਟੀ ਨਿਕਲਿਆ, ਸਿੱਖ ਡਾਇਸਪੋਰਾ ਕਹਿੰਦਾ ਹੈ, ਸਿੱਖ ਡਾਇਸਪੋਰਾ ਕਹਿੰਦਾ ਹੈ ਕਿ ਜਦ ਮਨਜੀਤ ਸਿੰਘ ਜੀ ਕੇ ਅਮੈਰੀਕਾ ਤੋਂ ਵਾਪਸ ਭਾਰਤ ਪਹੁੰਚੇ ਹਨ ਤਾਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਨੇ ਗਲਤ ਹੱਥ ਫੜਿਆ ਹੋਇਆ ਸੀਗਾ। ਮੇਰੀ ਇੱਕ ਗੱਲ ਸਮਝ ਲਓ, ਮੈਨੂੰ ਇਹ ਆਪਣੀ ਪਾਰਟੀ ਦੀਆਂ ਗਲਤੀਆਂ ਵੀ ਅਹਿਸਾਸ ਸੀਗਾ, ਮੇਰੀ ਪਾਰਟੀਆਂ ਨੇ ਗਲਤੀਆਂ ਕੀਤੀਆਂ ਨੇ, ਇਸੇ ਕਰਕੇ 2017 ਸਾਰੇ ਸੀ, ਲੇਕਿਨ ਇਸ ਗੱਲ ਸਮਝ ਲਓ ਅੱਜ ਵੀ ਭਾਵੇਂ ਮੈਂ ਪਾਰਟੀ ਚੋਂ ਬਾਹਰ ਹਾਂ, ਲੇਕਿਨ ਮੈਂ ਸਮਝਦਾ ਇਹ ਪਾਰਟੀ ਬਾਦਲ ਪਰਿਵਾਰ ਦੀ ਨਹੀਂ ਹੈ। ਮੇਰੀ ਇੱਕ ਵਾਰ ਤੁਸੀਂ ਜੇ ਗੱਲ ਸੁਣ ਲਓ, ਇਹ ਪੰਥ ਦੀ ਪਾਰਟੀ ਸੀ, 500 ਸ਼ਹੀਦੀਆਂ ਤੋਂ ਬਾਅਦ ਇਹ ਪਾਰਟੀ ਬਣੀ ਸੀ, ਔਰ ਅਗਲੇ ਸਾਲ 2020 'ਚ ਅਸੀਂ 100 ਸਾਲ ਕੰਪਲੀਟ ਕਰਨ ਜਾ ਰਹੇ ਹਾਂ, ਲੇਕਿਨ ਇਹ ਪਾਰਟੀ ਜਿਹੜੀ ਹੈ ਹੁਣ ਆ ਕੇ ਪਰਿਵਾਰ ਦੀ ਪਾਰਟੀ ਰਹਿ ਗਈ। ਅੱਜ ਪਰਿਵਾਰ ਦੇ 2 ਬੰਦੇ ਜਿੱਤਦੇ ਨੇ, 8 ਬੰਦੇ ਹਾਰਦੇ ਨੇ, ਔਰ ਜਰਨੈਲ ਸਾਡੇ ਹਾਰ ਕੇ ਸ਼ਹੀਦ ਹੋਏ ਪਏ ਨੇ, ਔਰ ਆਪਾਂ ਜਿੱਤਾਂ ਪਾ ਰਹੇ ਹਾਂ, ਆਪਾਂ ਖੁਸ਼ੀਆਂ ਮਨਾ ਰਹੇ ਹਾਂ ਕਿ ਤੁਸੀਂ ਜਿੱਤੇ ਕਿੱਥੋਂ ਆ। ਮੇਰੀ ਗੱਲ ਧਿਆਨ ਨਾਲ ਸੁਣਨਾ ਜੀ, ਪੰਜਾਬ ਦੀਆਂ 117 ਵਿਧਾਨ ਸਭਾ ਹਲਕੇ ਨੇ ਜਿਹੜੀਆਂ 13 ਐਮਪੀ ਦੇ ਵਿੱਚ ਆਉਂਦੀਆਂ ਨੇ, ਮੈਂ ਪੁੱਛਦਾ ਵਾਂ ਤੁਸੀਂ 117 ਤੋਂ 20 ਹਲਕਿਆਂ ਜਿੱਤੇ ਹੋ, ਉਹਨਾਂ ਹਲਕਿਆਂ 'ਚ ਜਿੱਤੇ ਹੋ ਜਿੱਥੇ ਹਿੰਦੂ ਪਾਪੂਲੇਟਡ ਵੋਟ ਹੈ ਤੁਹਾਡੀ, ਤੁਸੀਂ ਸਿੱਖ ਪਾਸੇ ਜੋ ਅਸੀਂ ਜਿੱਥੇ ਹਾਰ ਗਏ ਸਾਰੇ ਪਾਸਿਓਂ, ਠੀਕ ਹੈ, ਇਹ ਜੇ ਪੰਥਕ ਪਾਰਟੀ ਮਜੀਦ ਜੀ ਤੁਹਾਡੇ ਕੋਲੋਂ ਮੂੰਹ ਮੋੜ ਲਿਆ ਜੀ, ਮੈਂ ਕਹਿੰਦਾ ਤੁਹਾਨੂੰ ਐਸਜੀਪੀਸੀ 'ਚ ਰਹਿਣ ਦਾ ਕੋਈ ਹੱਕ ਨਹੀਂ ਹੈ ਜੀ। ਮਨਜੀਤ ਸਿੰਘ ਜੀ ਕਿ ਮੇਰੇ ਕੋਲ ਸਵਾਲ ਹੋਰ ਵੀ ਸੀਗੇ ਜੀ, ਮੇਰੇ ਕੋਲ ਸਵਾਲ ਹੋਰ ਵੀ ਸੀਗੇ, ਲੇਕਿਨ ਮੈਨੂੰ ਇੱਥੇ ਸਮਾਂ ਜ਼ਿਆਦਾ ਨਹੀਂ ਦੇ ਰਿਹਾ, ਮੈਨੂੰ ਪ੍ਰੋਗਰਾਮ ਨੂੰ ਵਾਈਂਡ ਅਪ ਕਰਨਾ ਪੈਣਾ, ਅਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਇਸ ਸ਼ੋਅ ਦੇ ਉੱਤੇ ਆਏ ਔਰ ਆਪਣੇ ਪ੍ਰਤੀਕਰਮ ਔਰ ਆਪਣੇ ਫੀਡਬੈਕ ਸਾਡੇ ਨਾਲ ਰੱਖੇ। ਆਪਾਂ ਨੈਕਸਟ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜ਼ਰੂਰ ਲੈ ਕੇ ਆਵਾਂਗੇ, ਜਿੱਥੇ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ, ਆਪਣੇ ਵਿਚਾਰ ਸਾਡੇ ਨਾਲ ਰੱਖ ਸਕਦੇ ਹੋ। ਮੈਨੂੰ ਰਿਆੜ ਸਾਹਿਬ ਦਾ ਫੋਨ ਆਇਆ ਸੀਗਾ, ਉਹਨਾਂ ਨੇ ਵੀ ਮੈਨੂੰ ਆਖਿਆ ਸੀ ਉਹਨਾਂ ਨੇ ਲੈਣਾ,
जी 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 नो प्रॉब्लम असी मुड़ तो प्रोग्राम करांगे और तुहानू जरूर आपां लैके आवांगे जिहड़े सवाल साडे ज़हन दे विच रह गए उहदे उत्ते भी असी चानना जरूर पावांगे। फिलहाल अज दे इस मुद्दे नूं असी इत्थे ही खत्म करदे क्योंकि समां मेरे कोल बहुता नहीं आ गया। बहुत बहुत धन्यवाद, सत श्री अकाल।